ਆ ਕੀ ਹਾਲ ਨੇ ਭਰਜਾਈ? ਠੀਕ ਹੈ ਬਾਈ, ਮੈਂ ਤਾਂ ਉਹ ਕੱਖ ਪੱਠਾ ਮੈਂ ਸੁੱਟਦਾ ਸੀ। ਠੀਕ ਹੈ ਬਾਈ, ਧੰਨਵਾਦ ਤੁਹਾਡਾ। ਉਹ ਫਿਰ ਮੈਨੂੰ ਠੰਡਾ ਹੀ ਕਰ ਦੇ ਬਾਈ। ਪਾਣੀ ਪੀਣ ਨੂੰ ਕਹਿੰਦੇ? ਹਾਂ ਹਾਂ, ਪਾਣੀ ਵੀ ਮੰਗ ਰਿਹਾ ਮੈਂ। ਪਾਣੀ ਲਿਆ ਦਿੰਦੀ ਹਾਂ ਮੈਂ। ਮੱਤ ਮੱਤ ਚਾਲ ਹੈ। ਲਿਆ ਪਾਣੀ। ਆ ਲਓ ਬਾਈ ਪਾਣੀ ਲਿਆ। ਬਾਈ ਤੂੰ ਨਾ ਪਾਣੀ ਪੀ ਕੇ ਛੇਤੀ ਵਗ ਜਾ, ਠੀਕ ਹੈ ਨਾ? ਤੇਰੀਆਂ ਹਰਕਤਾਂ ਨਾ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਗੀਆਂ। ਕੀ ਗੱਲ ਭਰਜਾਈ, ਪਾਣੀ ਵੀ ਮੰਗਿਆ, ਮੈਂ ਕੀ ਕਿਹਾ ਤੈਨੂੰ? ਨਹੀਂ ਬਾਈ, ਤੂੰ ਤਾਂ ਮੈਨੂੰ ਕੁਛ ਨਹੀਂ ਕਿਹਾ ਹਨਾ, ਪਰ ਜੇ ਲੋਕ ਦੇਖਣਗੇ ਨਾ ਤੈਨੂੰ ਵਿਹੜੇ ਵਿੱਚ ਖੜੇ ਨੂੰ, ਉਹ ਜ਼ਰੂਰ ਕੁਛ ਨਾ ਕੁਛ ਕਹਿ ਦੇਣਗੇ। ਦਾਗੀ ਦਾ ਸੁਭਾਅ ਨਾ ਬਾਹਲਾ ਚੰਗਾ ਸੀ, ਪਰ ਲੋਕਾਂ ਨੇ ਜਰਿਆ ਨਹੀਂ ਗਿਆ। ਤੂੰ ਐਂ ਕਰਿਆ ਕਰ, ਪੱਠੇ ਸਿੱਟ ਕੇ ਨਾ ਉੱਥੇ ਮੁੜ ਜਾਇਆ ਕਰ ਜਦੋਂ ਮੇਰੀ ਮਾਂ ਨਹੀਂ ਹੁੰਦੀ ਘਰੇ, ਐਵੇਂ ਖੜਿਆ ਨਾ ਕਰ ਸਾਡੇ ਘਰੇ। ਕੋਈ ਗੱਲ ਨਹੀਂ, ਮੇਰੇ ਹੁੰਦੇ ਨਾ ਟੈਨਸ਼ਨ ਲਿਆ ਕਰ, ਜਾਣਾ ਕੋਈ ਨਹੀਂ। ਠੀਕ ਹੈ ਬਾਈ, ਲੈ ਪਾਣੀ ਦਾ ਗਲਾਸ। ਬਦਤਮੀਜ਼ ਨਾ ਹੋਵੇ, ਮਾਂ ਦੇ ਕਹੇ ਤੋਂ ਤੇ ਲੋਕਾਂ ਦੇ ਸੁਣੇ ਤੋਂ ਮੈਂ ਇਹਨੂੰ ਜ਼ਮੀਨ ਦੇਤੀ, ਨਾਲੇ ਇਹਦੇ ਘਰੇ ਆਪਦੇ ਜਵਾਕ ਜੱਲਿਆ। ਇਹ ਤਾਂ ਫੇਰ ਵੀ ਨਹੀਂ ਸਮਝਦਾ ਕਿ ਮੈਂ ਵਿਧਵਾ ਗਈ। ਜਦੋਂ ਤੂੰ ਮੇਰੇ 'ਤੇ ਆਏ ਨਿਗਾਹ ਰੱਖੇਗਾ ਤੇ ਲੋਕ ਮੈਨੂੰ ਕੀ ਕਹਿਣਗੇ? ਹਜੇ ਤਾਂ ਪੂਰਾ ਸਾਲ ਭਰ ਪਿਆ ਗਾ, ਅਸੀਂ ਇਹਨੂੰ ਆਏ ਚੱਲਾਂਗੇ? ਮਣਾ ਨਾ ਮੈਂ ਮਾਂ ਨੂੰ ਦੱਸ ਸਕਦੀ ਹਾਂ, ਨਾ ਮੈਂ ਕਿਸੇ ਕੋਲ ਗੱਲ ਕਰ ਸਕਦੀ ਹਾਂ। ਜਦੋਂ ਹੀ ਪੱਠੇ ਸਿੱਟਣ ਆਉਂਦਾ ਉਹਦੀ ਕੋਈ ਪੁੱਠੀ ਸਿੱਧੀ ਹਰਕਤ ਕਰਕੇ ਜਾਂਦਾ ਇਹ। ਮੈਂ ਕਿਹਨੂੰ ਦੱਸਾਂ, ਕਿੱਥੇ ਜਾਵਾਂ ਮੈਂ ਹੁਣ? ਅਸੀਂ ਤਾਂ ਇਹਨੂੰ ਜ਼ਮੀਨ ਦੇ ਕੇ ਫਸ ਗਏ, ਉਹ ਰੱਬ ਵਰਗਾ ਬੰਦਾ ਸੀ ਦਾਗੀ, ਲੋਕਾਂ ਤੋਂ ਨਹੀਂ ਜਰਿਆ ਗਿਆ। ਸਹੀ ਗੱਲ ਹੈ, ਲੋਕ ਨਾ ਬਾਹਲੀ ਛੇਤੀ ਆਪਦੇ ਫੈਸਲੇ ਸੁਣਾਉਣ ਲੱਗ ਜਾਂਦੇ ਆ, ਚੰਗੇ ਮਾੜੇ 'ਚ ਫਰਕ ਹੀ ਨਹੀਂ ਸਮਝਦੇ। ਜਦੋਂ ਵਾਹ ਪੈਂਦੇ ਬੰਦੇ ਦਾ ਫਿਰ ਪਤਾ ਲੱਗਦਾ ਕਿਹੋ ਜਿਹਾ ਬੰਦਾ ਇਹ। ਨਾਲੇ ਤੇਰੇ ਭਰਾ ਵਾਂਗੂ ਜ਼ਮੀਨ ਜਿਵੇਂ ਤੂੰ ਸਾਂਭੀ ਆ ਨਾ, ਹੋਰ ਕਿਸੇ ਨੇ ਤਾਂ ਉੱਚੀ ਨੀਵੀਂ ਕਰਕੇ ਹੜ ਮਾਰ ਮਾਰ ਕੇ ਉਹਦਾ ਫਾਹਾ ਵੱਢ ਦੇਣਾ, ਪੰਜਰ ਬਣਾ ਦੇਣਗੇ ਲੋਕ ਤਾਂ। ਸਾਨੂੰ ਤੇਰੇ 'ਤੇ ਯਕੀਨ ਹੈਗਾ, ਅਸੀਂ ਤਾਂ ਤੈਨੂੰ ਹੀ ਦੇਵਾਂਗੇ। ਬੇਬੇ ਨੇ ਮੈਨੂੰ ਇਹੀ ਕਿਹਾ ਸੀਗਾ ਵੀ ਆਪਾਂ ਤਾਂ ਦਾਗੀ ਨੂੰ ਜ਼ਮੀਨ ਦਿਆ ਕਰਾਂਗੇ ਇਸ ਸਾਲ। ਤੈਨੂੰ ਪਤਾ ਤਾਂ ਹੈਗਾ ਫਿਰ ਭਾਬੀ, ਮੇਰਾ ਤਾਂ ਫਿਰ ਪੁੱਛਣ ਦਾ ਇੱਕ ਵਾਰੀ ਹੱਕ ਬਣਦਾ ਨਾ। ਚੱਲ ਕੋਈ ਨਾ, ਵਧੀਆ ਹੋਇਆ ਤੂੰ ਆਪਦਾ ਹੱਕ ਸਮਝਿਆ ਪੁੱਛਣ ਦਾ ਅਤੇ, ਪਰ ਅਸੀਂ ਤਾਂ ਜ਼ਮੀਨ ਤੈਨੂੰ ਹੀ ਦੇਣੀ ਆ। ਮੇਰੀ ਗੱਲ ਸੁਣ, ਦੇਖ ਭਾਈ ਆਏ ਸਾਲ ਵਾਂਗੂ ਜਿਵੇਂ ਸਾਡੇ ਨਾਲ ਹੈ ਨਾ ਦਾਣਾ ਗੱਟਾ ਸੰਭਾਲ ਕੇ ਜਾਣਾ ਤੂੰ, ਉਹ ਵੀ ਕਣਕ ਢੋਲ 'ਚ ਪਵਾ ਕੇ ਜਾਣੀ ਪਿਆ ਕਰੂਗੀ ਸਾਡੇ ਹਿੱਸੇ ਦੀ ਜ਼ਿੰਮੇਵਾਰੀ। ਉਹ ਨਾ ਟੈਨਸ਼ਨ ਲੈ ਭਾਬੀ, ਸਾਰਾ ਕੰਮ ਤੂੰ ਮੇਰੇ 'ਤੇ ਛੱਡ ਦੇ, ਸਾਰੀ ਜ਼ਿੰਮੇਵਾਰੀ ਮੇਰੇ 'ਤੇ ਛੱਡ ਦੇ। ਇੱਥੇ ਆਏ ਸਾਲ ਵਾਂਗੂ ਜਿਵੇਂ ਸਾਲ ਭਰ ਪੱਠੇ ਲਿਆ ਕੇ ਦਿੰਦਾ ਨਾ, ਉਹ ਵੀ ਲਿਆ ਕੇ ਦੇਣੇ। ਟੈਨਸ਼ਨ ਫ੍ਰੀ ਰਹਿ, ਹੁਣ ਦੱਸ ਸੰਨੀ ਸੁੰਨੀ ਕਰਕੇ ਜਾਵਾਂ? ਨਾ ਵੀ ਜਿਉਂਦਾ ਵੱਸਦਾ ਰਹਿ, ਸੰਨੀ ਸੁੰਨੀ ਤਾਂ ਬਸ ਮੈਂ। ਕੋਈ ਹੋਰ ਕੰਮ ਕਾਰ ਕਰਨ ਵਾਲਾ ਤਾਂ ਉਹ ਵੀ ਦੱਸ ਦੇ। ਨਾ ਬਸ ਕੁਛ ਨਹੀਂ, ਮੈਂ ਚਾਚੇ ਦੀਆਂ ਕੁੜੀਆਂ ਨੂੰ ਲਾ ਲੂੰਗੀ। ਮੈਨੂੰ ਤਾਂ ਹੀ ਸੀਗਾ ਵੀ ਕਣਕ ਦਾ ਇੱਕ ਤਾਂ ਮੇਰੇ ਨਾਲ ਢੋਲ ਜਿਹਾ ਬਾਹਰ ਕਢਾ ਜੀ, ਧੁੱਪ ਚੁੱਪ ਲੱਗ ਗਈ ਤਾਂ ਹੱਥ ਨੇ ਮੈਂ ਕੁੜੀਆਂ ਨੂੰ ਲਾ ਕੇ ਕਣਕ ਦਾ ਢੋਲ ਤਾਂ ਮੈਂ ਆਪੇ ਭਰ ਲੂੰਗੀ। ਮੇਰੇ ਹੁੰਦੇ ਨਾ ਭਾਬੀ, ਟੈਨਸ਼ਨ ਟੁਨਸ਼ਨ ਲਿਆ ਕਰ ਤੂੰ, ਟੈਨਸ਼ਨ ਫ੍ਰੀ ਰਿਹਾ ਕਰ। ਚੱਲ ਮੈਂ ਪਾਣੀ ਪੂਣੀ ਆਪੇ ਪੀ ਲੈਂਦਾ ਗਾ। ਚੱਲ ਕੋਈ ਨਾ ਫਿਰ, ਚੱਲ ਟੌਰਨਾ ਮੈਂ ਕੋਈ ਨਹੀਂ। ਚੰਗਾ ਲੈ, ਵਿਚਾਰਾ ਕਿੰਨਾ ਸਿਆਣਾ ਹੈਗਾ, ਸਾਰਾ ਦਿਨ ਸਾਡੇ ਘਰ ਨੂੰ ਆਪਦਾ ਘਰ ਸਮਝਦਾ, ਨਾਲੇ ਵਿਚਾਰੇ ਕੋਲ ਇੱਕ ਜ਼ਮੀਨ ਹੀ ਹੈ ਨਹੀਂ, ਕਿੰਨਾ ਇਨਸਾਨ ਵਧੀਆ ਹੈਗਾ। ਰੱਬ ਵੀ ਕਹਿੰਦੇ ਹੁੰਦੇ ਆ
ਜੇ ਆਪ ਸਿਆਣਾ ਤਾਂ ਉੱਥੇ ਤੋੜ ਰੱਖਦੀ, ਜੇ ਇਹਦੇ ਕੋਲ ਜ਼ਮੀਨ ਹੋਵੇ ਤਾਂ ਵਿਚਾਰੇ ਨੂੰ ਕੋਈ ਰਿਸ਼ਤਾ ਹੋ ਜਾਵੇ। ਕਹਿੰਦੇ ਹੁੰਦੇ ਜੱਟਾਂ ਦੇ ਪੁੱਤਾਂ ਨੂੰ ਤਾਂ ਜ਼ਮੀਨਾਂ ਨਾਲ ਹੀ ਰਿਸ਼ਤੇ ਹੁੰਦੇ ਆ, ਜੇ 2-4 ਕਿੱਲੇ ਦੇ ਆਪਦੇ ਹੁੰਦੇ ਵਿਚਾਰੇ ਦਾ ਰਿਸ਼ਤਾ ਹੋ ਜਾਵੇ। ਸਾਡੀ ਜ਼ਮੀਨ ਸਾਂਭੀ ਬੈਠਣਾ ਸੋਹਣੀ, ਹਰ ਕਿਸੇ 'ਤੇ ਵਿਸ਼ਵਾਸ ਵੀ ਨਹੀਂ ਕੀਤਾ ਜਾਂਦਾ। ਕਹਿੰਦੇ ਹੁੰਦੇ ਚੰਗਾ ਵੀ ਕੋਈ ਕੋਈ ਹੁੰਦਾ। ਲੈ ਯਾਰ ਇੰਨਾ ਟਾਈਮ ਹੋ ਗਿਆ, ਬੱਸ ਨਹੀਂ ਆਈ ਹੈਗੀ, ਕੋਈ ਸਵਾਰੀ ਵੀ ਨਹੀਂ ਦੀ, ਆ ਵਿੱਕੀ ਤੁਰਿਆ ਦਾ ਆਉਂਦਾ, ਇਹਨੂੰ ਪੁੱਛਦੇ ਆ। ਉਹ ਕਿਵੇਂ ਬੈਠਾ ਬਾਈ ਬੰਟੂ ਇੱਥੇ ਇਕੱਲਾ ਜਾ? ਉਹ ਯਾਰ ਇਕੱਲਾ ਤਾਂ ਕਾਹਦਾ ਯਾਰ, ਹੋਰ ਸੁਣਾ ਘਰ ਪਰਿਵਾਰ ਚ ਵਾਖ ਜਾਂਦਾ? ਉਹ ਬਸ ਠੀਕ ਆ, ਮੈਂ ਤਾਂ ਮਾਨਸਾ ਜਾਂਦਾ ਸੀਗਾ ਯਾਰ। ਬੱਲੇ ਯਾਰ ਮੈਂ ਵੀ ਮਾਨਸਾ ਹੀ ਜਾਂਦਾ, ਆਈ ਆ ਬਸ ਬੁਸ ਕੇ ਨਾ। ਉਹ ਭਰਾਵਾ ਅੱਧਾ ਘੰਟਾ ਹੋ ਗਿਆ, ਤੈਨੂੰ ਪਤਾ ਮੈਂ ਤਾਂ ਮੋਟਰਸਾਈਕਲ ਜਾਂਦਾ, ਮੈਂ ਮੋਟਰਸਾਈਕਲ ਦਾ ਜੋ ਇੰਜਣ ਜਿਹਾ ਕਰਾਉਣਾ ਸੀ ਉਹ ਖਰਾਬ ਹੋ ਗਿਆ, ਇੰਜਣ ਦਾ ਕੰਮ ਹੋਈ ਜਾਂਦਾ। ਅੱਛਾ, ਕੰਮ ਪੈ ਗਿਆ ਜ਼ਰੂਰੀ, ਮੈਂ ਕਿਹਾ ਚੱਲ ਬੱਸ ਤੇ ਵਗ ਜਾਂਦੇ ਆ। ਇੱਥੇ ਅੱਧਾ ਘੰਟਾ ਹੋ ਗਿਆ ਬੈਠੇ ਨੂੰ, ਕੋਈ ਬੱਸ ਨਹੀਂ ਆਈ ਹੈਗੀ। ਬੱਸਾਂ ਦਾ ਟਾਈਮ ਮੈਨੂੰ ਪਤਾ ਆ ਗਿਆ ਇੱਧਰ ਯਾਰ ਪਿੰਡਾਂ 'ਚ, ਅੱਧਾ ਘੰਟਾ ਹਾਲੇ ਹੋਰ ਲੱਗੂਗਾ। ਅੱਛਾ ਮੇਰੀ ਗੱਲ ਸੁਣ, ਹਾਂ ਇਹਦੇ ਬੜੇ ਚਰਚੇ ਅੱਜ ਕੱਲ੍ਹ ਤੁਰਿਆ ਆਉਂਦਾ, ਇਹਦੀਆਂ ਤਾਂ ਦੱਸੇ ਕਿਉਂ ਚੁਣੇ ਛੇੜਦੇ ਆ ਫਿਰ। ਕੀ ਹਾਲ ਆ ਬਾਈ ਅੱਗੇ? ਆ ਵਧੀਆ ਵਧੀਆ, ਕੀ ਹਾਲ ਨੇ? ਵਧੀਆ, ਹੋਰ ਬਾਕੀ ਠੀਕ ਆ? ਤੂੰ ਸੁਣਾ ਦਾ ਕੀ? ਵਧੀਆ ਵਧੀਆ, ਹੋਰ ਬਾਈ ਘਰੇ ਠੀਕ ਆ ਸਾਰੇ? ਚੜ੍ਹਦੀ ਗੱਲ ਆ, ਤੂੰ ਸੁਣਾ। ਇੱਥੇ ਕਿਵੇਂ ਬੈਠੇ ਹੋ? ਉਹ ਬੱਸ ਭਰਾਵਾ ਅਸੀਂ ਤਾਂ ਨਾ ਮਾਨਸਾ ਜਾਂਦੇ ਸੀਗੇ। ਅੱਛਾ, ਤੇ ਬੱਸ ਆਈ ਨਹੀਂ ਹੈਗੀ, ਹੋਰ ਸੁਣਾ ਫਿਰ। ਵਧੀਆ ਬਾਈ ਵਧੀਆ ਵਧੀਆ, ਨਜ਼ਾਰੇ ਆ ਤੇਰੇ ਤਾਂ ਪੂਰੇ ਹਨਾ? ਹਾਂ ਬਾਈ ਨਜ਼ਾਰੇ ਤਾਂ ਹੀ ਨੇ, ਸਾਰੇ ਨਜ਼ਾਰੇ ਆਪੀ ਨੇ, ਉਹੀ ਗੱਲ ਆ, ਨਾਲੇ ਜ਼ਮੀਨ ਮਿਲ ਗਈ, ਨਾਲੇ ਜਨਾਨੀ ਮਿਲ ਗਈ। ਕੀ ਮੈਂ ਮਤਲਬ ਨਹੀਂ ਸਮਝਿਆ ਬਾਈ, ਕੀ ਗੱਲ ਯਾਰ? ਤੈਨੂੰ ਪਤਾ ਹੀ ਨਹੀਂ, ਸਾਰਾ ਪਿੰਡ ਤਾਂ ਚਰਚੇ ਕਰੀ ਜਾਂਦਾ ਤੇਰੇ। ਨਹੀਂ ਜ਼ਮੀਨ ਤਾਂ ਬਾਈ ਮੇਰੇ ਠੇਕੇ ਤੇ ਆ ਯਾਰ, ਹੋਰ ਮੇਰੀ ਕੋਲ। ਓ ਯਾਰ ਛੱਡ, ਕਾਹਦੇ ਵਾਸਤੇ, ਐ ਦੱਸ ਫਿਰ ਵਿਆਹ ਕਦੋਂ ਕਰਾਉਣ ਲੱਗਿਆ? ਮੇਰਾ ਤਾਂ ਬਾਈ ਰਿਸ਼ਤਾ ਵੀ ਨਹੀਂ ਹੋਇਆ ਯਾਰ। ਓ ਯਾਰ ਕਾਨੂੰਨੀ, ਓ ਫਿਰ ਗਗਨ ਨਾਲ ਕਹਿਣਾ ਕੀ ਮਤਲਬ ਬਾਈ ਤੇਰਾ? ਗਰਮੀ ਦਾ ਸਖੇ ਪਾਇਆ ਤੂੰ ਲੋਕਾਂ ਨਾਲ ਲੜ ਜਾ ਕੇ ਸਾਰਾ ਪਿੰਡ ਕਹੀ ਜਾਂਦਾ, ਕਹਿੰਦਾ ਸਾਡੇ ਤੇ ਕਾਹਦਾ ਗੁੱਸਾ ਦਿਖਾਉਣਾ ਤੂੰ? ਯਾਰ ਬਾਈ ਮੈਂ ਤਾਂ ਹੁਣ ਉਹੀ ਗੱਲ, ਮੈਂ ਤਾਂ ਗੁੱਸਾ ਕਰਨਾ ਹੀ, ਹੁਣ ਮੈਨੂੰ ਇਹ ਗੱਲ ਦਾ ਪਤਾ ਨਹੀਂ ਹੈਗਾ ਵੀ ਕੀ ਕਾਨੂੰਨ ਨਹੀਂ ਪਤਾ ਹੈਗਾ। ਦੋ ਪਿੰਡਾਂ 'ਚ ਗੱਲਾਂ ਚਰਚੇ ਛਿੜੀ ਜਾਂਦੇ ਆ ਵੀ ਗਗਨ ਨੂੰ ਦਾਗੀ ਨੇ ਸਾਂਭ ਰੱਖਿਆ, ਇੱਥੇ ਤੂੰ ਸਾਡੇ ਗੱਲ ਮਿਲਣਾ ਫਿਰਦਾ, ਨਾਲੇ ਫ੍ਰੀ ਦੀ ਜ਼ਮੀਨ ਸਾਂਭੀ ਦਿੰਦਾ ਸੀ, ਬੱਗਰ ਗਿਆ ਸੀ ਠੇਕੇ ਤੇ ਲੈਣ ਜ਼ਮੀਨ ਗਗਨ ਤੋਂ, ਦਾਗੀ ਲਊਗਾ। ਮੇਰੀ ਗੱਲ ਤਾਂ ਸੁਣ ਲਓ ਪਹਿਲਾਂ, ਮੈਂ ਤਾਂ ਬਾਈ ਉਹਨਾਂ ਨੇ ਆਪ ਕਿਹਾ ਗਾ ਵੀ ਸਾਡੀ ਜ਼ਮੀਨ ਤੂੰ ਹੀ ਸਾਂਭ ਸਕਦਾ, ਹੋਰ ਤਾਂ ਸਾਡੀ ਜ਼ਮੀਨ ਬੰਜਰ ਬਣਾ ਦੇਣੀ। ਓ ਯਾਰ ਫੇ ਉਹੀ ਗੱਲਾਂ ਨੇ, ਜ਼ਮੀਨ ਦੇ ਨਾਲ ਨਾਲ ਤੂੰ ਤਾਂ ਤੀਮੀ ਵੀ ਸਾਂਭੀ ਬੈਠਾ, ਨਾਲੇ ਮੈਂ ਇਕੱਲਾ ਨਹੀਂ ਖੇਡਦਾ। ਮੇਰੇ ਨਾਲ ਨਾ ਕਰ, ਮੈਨੂੰ ਪਤਾ ਮੇਰੇ ਮੈਂ ਸੋਨੂੰ ਵੀ ਪਤਾ ਮੇਰੇ ਸੁਭਾਅ ਦਾ ਵੀ ਮੈਂ ਕਿਹੋ ਜਿਹਾ ਬੰਦਾ ਗਾ। ਸਭ ਪਤਾ, ਸਾਰੇ ਪਿੰਡ ਨੂੰ ਪਤਾ ਤੇਰੇ। ਹਾਂ ਵਧੀਆ, ਉਹ ਵਿੱਚ ਕਮੀਨਾ ਜਿੰਨਾ ਥੱਲੇ ਉਹਨਾਂ ਉੱਤੇ ਆ। ਚੱਲ ਯਾਰ ਆਪਣੀ ਤਾਂ ਬੱਸ ਆ ਗਈ, ਜਾਂਦੇ ਆ ਹੁਣ, ਸੱਚਾ ਬੜਾ ਬੰਦਾ ਆ। ਚੱਲੀਏ ਯਾਰ, ਕਿਹਦਾ ਕਿਹਦਾ ਮੂੰਹ ਫੜ ਲੇਗਾ ਨਾਲੇ ਤੂੰ? ਹੈ ਸਾਲਾ ਕੀ ਬਣ ਗਿਆ? ਉਹੀ ਗੱਲ, ਮੈਂ ਤਾਂ ਭਲਾਈ ਕਰਦਾ ਕਰਦਾ ਮਾੜਾ ਹੋ ਗਿਆ, ਇੱਥੇ ਭਲਾਈ ਦਾ ਜ਼ਮਾਨਾ ਹੀ ਨਹੀਂ ਰਿਹਾ, ਲੋਕਾਂ ਨੇ ਤਾਂ ਹੋਰ ਹੀ ਗੱਲਾਂ ਬਣਾ ਰੱਖੀਆਂ ਨੇਗੀਆਂ। ਜੇ ਮੈਂ ਹੁਣ ਉਹ ਜ਼ਮੀਨ ਵਾਹ ਕੇ ਮੈਂ ਸੌਖੀ ਰੋਟੀ ਖਾਣ ਲੱਗ ਗਿਆ, ਲੋਕ ਰੋਟੀ ਖਾਂਦੇ ਨੂੰ ਵੀ ਨਹੀਂ ਜਰਦੇ ਵੀ ਇਹ ਸੌਖਾ ਕਿਉਂ ਆ। ਚੱਲ ਕੋਈ ਗੱਲ ਨਹੀਂ, ਮੈਨੂੰ ਪਤਾ ਮੈਂ ਠੀਕ ਆ, ਜਾਂ ਮੇਰੇ ਰੱਬ ਨੂੰ ਪਤਾ ਮੈਂ ਲੋਕਾਂ ਨੂੰ ਬਣਾਉਣਾ? ਲੋਕਾਂ 'ਚ ਤਾਂ ਮੂੰਹ ਫੜਨੇ ਔਖੇ ਨੇ, ਬਣਾਉਂਦੇ ਨੇ ਬਣਾਈ ਜਾਣ ਦੇ ਗੱਲਾਂ, ਨਾ ਮੇਰੀ ਭਾਬੀ ਨੂੰ ਪਤਾ ਵੀ ਇਹ ਕਿਵੇਂ ਦਾ ਬੰਦਾ। ਕੌਣ ਆ? ਘਰੇ ਆ ਭੈਣੇ। ਅੱਛਾ ਬਹਿ ਜਾ ਭੈਣੇ, ਇੱਥੇ ਬਹਿ ਜਾ। ਨਹੀਂ ਇੱਥੇ ਬਹਿ ਜਾ, ਜਾਂ ਮੰਜਾ ਚੱਕ ਲਿਆਉਣੀ ਆ ਮੈਂ? ਨਾ ਨਾ ਚੱਲ ਕੋਈ ਗੱਲ ਨਹੀਂ, ਮੈਂ ਤਾਂ ਐਂ ਪੁੱਛਦੀ ਸੀ ਕਾਂਸੀ ਦੀ ਸਾਮੀ ਨਹੀਂ ਹਜੇ। ਨਹੀਂ ਭੈਣੇ ਸਾਹਮਣੇ ਸੀ ਅੱਜ, ਮੈਂ ਨਾ ਕਿਹਾ ਸੀ ਦਾਗੀ ਨੂੰ ਸਾਡੇ ਵਾਲੇ ਨੂੰ। ਅੱਛਾ ਮੈਂ ਉਹਨੂੰ ਆਖਿਆ, ਮੈਂ ਕਿਹਾ ਬਾਈ ਮੇਰੇ ਨਾਲ ਕਣਕ ਹੀ ਪਵਾ ਜਾ, ਉਹ ਕਹਿੰਦਾ ਕਿ ਪਵਾ ਜਾਂਦਾ ਭਾਬੀ ਢੋਲ 'ਚ। ਫਿਰ ਮੈਨੂੰ ਤਰਸ ਆ ਗਿਆ, ਮੈਂ ਵਿਚਾਰਾ ਖੇਤੋਂ ਨਾ ਹੁਣ ਕੱਖ ਨਾ ਕੁੱਟ ਕੇ ਲੈ ਕੇ ਆਇਆ ਦੁਪਹਿਰੇ ਚੱਲ ਘੰਟਾ ਆਰਾਮ ਕਰ ਲੂਗਾ। ਫਿਰ ਮੈਂ ਉਹਨੂੰ ਮਨਾ ਹੀ ਕਰਤਾ, ਮੈਂ ਤੂੰ ਢੋਲ ਖੜਾ ਕਰ ਜੀ ਅੰਦਰ, ਅਤੇ ਮੈਂ ਜਵਾਕਾਂ ਨੂੰ ਲਾ ਕੇ ਨਾ ਆਪੇ ਕਣਕ ਪਾ ਲੂੰਗੀ। ਲੈ ਆਪੇ ਕਾਹਤੋਂ ਪਾ ਲੇਂਗੀ, ਉਹ ਤੋਂ ਪਵਾ ਲੈਂਦੀ, ਫ੍ਰੀ ਦਾ ਨੌਕਰ ਜੋ ਮਿਲਿਆ ਹੋਇਆ ਤੈਨੂੰ।
ਨਹੀਂ ਨੌਕਰ ਕਾਹਨੂੰ ਆ ਵਿਚਾਰਾ, ਜੇ ਉਹਦੇ ਕੋਲ ਜ਼ਮੀਨ ਥੋੜ੍ਹੀ ਹੈ ਤਾਂ ਹੀ ਸਾਡੀ ਜ਼ਮੀਨ ਵਾਹੁੰਦਾ ਹੈ, ਸੰਤਾਂ ਨੂੰ ਉਹਦਾ ਬਾਹਲਾ ਹੀ ਸਹਾਰਾ ਹੈਗਾ। ਅਤੇ ਹੋਰ ਤੂੰ ਦੱਸ ਚੱਲ ਭੈਣੇ, ਮਜ਼ਾਕ ਕਰਦੀ ਨੇ ਕਹਿਤਾ ਗੁੱਸਾ ਨਾ ਕਰੀ। ਨਹੀਂ ਭੈਣੇ ਮੈਂ ਤਾਂ ਕਾਹਦਾ ਗੁੱਸਾ ਕਰਨਾ, ਤੂੰ ਦੱਸ ਕੋਈ ਕੰਮ ਆਈ ਸੀਗੀ? ਹਾਂ ਭੈਣੇ ਆਈ ਤਾਂ ਮੈਂ ਕੰਮ ਸੀਗੀ ਤੇਰੇ ਕੋਲ, ਉਹ ਨਹੀਂ ਹੈਗੇ ਆਪਣੇ ਜੱਗੇ ਬਾਈ ਕੇ? ਹਾਂ ਭੈਣੇ। ਹਾਂ ਉਹਨਾਂ ਨੂੰ ਐਤਕੀ ਤੁਹਾਡੀ ਜ਼ਮੀਨ ਠੇਕੇ 'ਤੇ ਚਾਹੀਦੀ ਸੀ। ਉਹ ਭੈਣੇ ਜ਼ਮੀਨ ਤਾਂ ਅਸੀਂ ਠੇਕੇ 'ਤੇ ਨਾ ਦਾਗੀ ਤੋਂ ਬਿਨਾਂ ਕਿਸੇ ਨੂੰ ਨਹੀਂ ਦਿੰਦੇ ਹੈਗੇ। ਭੈਣੇ ਮੇਰੀ ਗੱਲ ਤਾਂ ਸੁਣ, ਉਹ ਨਾ ਸਾਥੋਂ ਪੁੱਛਦੇ ਸੀਗੇ ਅਤੇ ਅਸੀਂ ਦੇ ਨਹੀਂ ਸਕਦੇ, ਅਤੇ ਉਹਦੇ ਨਾਲ ਕੁੜੀ ਦਾ ਵਿਆਹ, ਮੈਂ ਤਾਂ ਕਰਕੇ ਕਹਿੰਦੀ ਸੀ, ਉਹ ਕਹਿੰਦੇ ਨਾ ਹਾੜੀ ਸੋਣੀ ਵੱਢ ਕੇ ਫਿਰ ਅਸੀਂ ਕੁੜੀ ਦਾ ਵਿਆਹ ਕਰ ਲਾਂਗੇ। ਭੈਣੇ ਉਹ ਤਾਂ ਕਹਿੰਦੇ ਸੀ, ਉਹ ਤਾਂ ਮੈਂ ਸਮਝ ਗਈ ਹੈ ਨਾ ਵੀ ਚੱਲ ਧੀ ਧਿਆਣੀ ਦਾ ਪੁੰਨ ਵੀ ਲੱਗ ਜਾਂਦਾ, ਪਰ ਸਾਨੂੰ ਨਾ ਦਾਗੀ ਤੋਂ ਬਿਨਾਂ ਕਿਸੇ 'ਤੇ ਵਿਸ਼ਵਾਸ ਨਹੀਂ, ਨਾਲੇ ਤਾਂ ਸਾਡਾ ਦਾਣਾ ਗੱਟਾ ਇਹ ਸਾਂਭ ਕੇ ਸਾਨੂੰ ਜਿੰਨੇ ਕੁ ਖਾਣਾ ਪੀਣਾ ਹੁੰਦਾ ਘਰੇ ਉੰਨੀ ਕੁ ਕਣਕ ਘਰੇ ਸਿੱਟ ਕੇ ਜਾਂਦਾ ਗਾ, ਅਤੇ ਨਰਮਿਆਂ ਦੇ ਵੇਲੇ ਤਾਂ ਸਾਡਾ ਨਰਮਾ ਬੀਜ ਵੱਢ ਕੇ ਸਾਰਾ ਕੁਛ ਇਹ ਆਪ ਹੀ ਖੇਤੀਬਾੜੀ ਦਾ ਸੰਭਾਲਦਾ ਹੈ ਨਾ, ਨਾਲੇ ਅਸੀਂ ਲੋਕਾਂ ਵਾਂਗੂ ਨਾ ਇਹ ਤੋਂ ਐਂ ਜਦ ਕੇ ਨਹੀਂ ਠੇਕਾ ਲੈਂਦੇ, ਸਾਨੂੰ ਐਂ ਹੁੰਦਾ ਵੀ ਚੱਲ ਉਹ ਜਾਣੇ ਘਰ ਦੇ ਬੰਦੇ ਜਿੰਨਾ ਸਹਾਰਾ, ਕੱਖ ਪੱਠਾ ਤਾਂ ਖੇਤੋਂ ਸਾਰਾ ਲਿਆ ਕੇ ਦਿੰਦਾ, ਕੋਈ ਪਸ਼ੂ ਠੇਰਾ ਬਿਮਾਰ ਹੋ ਜੇ ਇਹਨੇ ਘਰ ਦਾ ਵੀ ਉਹਨਾਂ ਨਾਲ ਸੰਭਾਲਣਾ ਗਾ, ਅਤੇ ਵਿਚਾਰੇ ਨੇ ਜ਼ਮੀਨ ਤਾਂ ਜਿਹੜੀ ਇਹਨੂੰ ਹਿੱਸੇ ਠੇਕੇ 'ਤੇ ਜਿੰਨਾ ਕੁ ਕੁਛ ਹੁੰਦਾ ਸਾਨੂੰ ਜ਼ਰੂਰ ਦੇ ਕੇ ਜਾਂਦਾ, ਸਾਡਾ ਹੱਕ ਨਹੀਂ ਕਦੇ ਵੀ ਮਾਰਿਆ ਇਸ ਬੰਦੇ ਨੇ, ਸਾਨੂੰ ਇਹ 'ਤੇ ਨਾ ਰੱਬ ਜਿੰਨਾ ਵਿਸ਼ਵਾਸ ਹੈ। ਚੱਲ ਭੈਣੇ ਚੰਗੀ ਗੱਲ ਆ ਜੇ ਤੁਹਾਡਾ ਵਿਸ਼ਵਾਸ ਬਣਿਆ ਹੋਇਆ, ਮੈਂ ਤਾਂ ਨਾ ਪਹਿਲਾਂ ਤੇਰੀ ਸੱਸ ਨੂੰ ਪੁੱਛਦੀ ਸੀਗੀ, ਫਿਰ ਮੈਂ ਆਖਿਆ ਚੱਲ ਚੱਲਦੀ ਤਾਂ ਘਰੇ ਤੇਰੀ ਆ, ਤੈਨੂੰ ਹੀ ਪੁੱਛ ਲਾਂ, ਤੂੰ ਹੁਣ ਜਵਾਬ ਹੀ ਦੇਈ ਜਾਂਦੀ ਹੈ। ਨਹੀਂ ਭੈਣੇ ਮੇਰੀ ਨਹੀਂ ਚੱਲਦੀ, ਜਿਵੇਂ ਬੀਬੀ ਕਹਿੰਦੀ ਹੁੰਦੀ ਹੈ ਨਾ ਅਸੀਂ ਤਾਂ ਉਵੇਂ ਹੀ ਕਰਦੇ ਹਾਂ। ਦੇਖ ਮਾਂ ਨਾ ਨਾਨਕੇ ਗਈ ਹੋਈ ਹੈਗੀ, ਅੱਜ ਆਈ ਜਾਣਾ ਉਹਨੇ, ਉਹ ਮੈਨੂੰ ਕਹਿ ਕੇ ਗਈ ਸੀ, ਕਹਿੰਦੀ ਚੱਲ ਦਾਗੀ ਹੁੰਦੇ ਤੈਨੂੰ ਕੋਈ ਡਰ ਵੀ ਨਹੀਂ ਹੈਗਾ। ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮਾਂ, ਤੂੰ ਐਵੇਂ ਫਿਕਰ ਕਰੀ ਜਾਂਦੀ ਹੈ। ਚੱਲ ਡਰ ਕਾਹਦਾ ਜਦੋਂ ਤੁਸੀਂ ਆਪਦਾ ਹੀ ਬਣਾਈ ਬੈਠੇ ਹੋ ਉਹਨੂੰ। ਹਾਂ ਭੈਣੇ ਇਹ ਤਾਂ ਹੈ ਸਹੀ, ਬਗਾਨਾ ਹੋਵੇ ਫਿਰ ਤਾਂ ਡਰ ਹੁੰਦਾ। ਭੈਣੇ ਆਏ ਤਾਂ ਬਗਾਨਾ ਹੀ ਆ ਵਿਚਾਰਾ, ਪਰ ਬਗਾਨਾ ਸਾਨੂੰ ਲੱਗਦਾ ਨੀਗਾ, ਅਤੇ ਨਾਲੇ ਸਾਡੇ ਸਰੀਕੇ ਕਬੀਲੇ 'ਚੋਂ ਨਹੀਂ, ਇੱਕ ਤਾਂ ਅਗਲਾ ਕਹਿੰਦਾ ਸਕਿਆਂ 'ਚੋਂ ਹੈ ਨਾ ਪਿੰਡ 'ਚੋਂ ਆ, ਵਿਚਾਰੇ ਨੂੰ ਜ਼ਮੀਨ ਹੀ ਨਹੀਂ ਆਉਂਦੀ ਹੈਗੀ, ਇਹਨਾਂ ਤਾਂ ਕਿੱਲਾ ਕਿੱਲਾ ਸੀ, ਕਹਿੰਦੇ ਇਹਨਾਂ ਦਾ ਬਾਪੂ ਬਾਹਲੀ ਦਾਰੂ ਪੀਂਦਾ ਸੀਗਾ, ਉਹਨੇ ਐਂ ਵੇਚ ਦਿੱਤਾ ਸੀ ਜ਼ਮੀਨ, ਹੈ ਤਾਂ ਵਿਚਾਰੇ ਜ਼ਿਮੀਂਦਾਰ ਭਾਈ ਆਪਣੇ ਘਰਾਂ 'ਚੋਂ ਹੀ ਆ, ਪਰ ਜ਼ਮੀਨ ਦੇ ਨਾਂ ਨੂੰ ਨਾ ਹੀ ਕੋਈ ਰਿਸ਼ਤਾ ਹੁੰਦਾ ਹੈਗਾ ਵਿਚਾਰੇ ਨੂੰ, ਅਤੇ ਹੁਣ ਇਕੱਲਾ ਕਹਿਰਾ ਰਹਿ ਗਿਆ, ਮਾਂ ਇਹਦੀ ਫਿਕਰਾਂ 'ਚ ਮੁੱਕ ਗਈ। ਚੱਲ ਸਾਨੂੰ ਭੈਣੇ ਇਹਨੂੰ ਆਪਦੇ ਭਰਾਵਾਂ ਵਰਗਾ ਸਹਾਰਾ, ਤੁਹਾਨੂੰ ਇਹਦਾ ਸਹਾਰਾ, ਇਹਨੂੰ ਤੁਹਾਡਾ ਸਹਾਰਾ। ਚੱਲ ਕੋਈ ਨਹੀਂ ਭੈਣੇ, ਫਿਰ ਮੈਂ ਜਾਂਦੀ ਹੈਗੀ। ਨਾ ਭੈਣੇ ਬਹਿ ਜਾ, ਮੈਂ ਘੁੱਟ ਚਾਹ ਦੀ ਕਰਦੀ ਹਾਂ, ਮੈਂ ਕਿਹੜਾ ਹਜੇ ਕਣਕ ਢੋਲ 'ਚ ਪਾਉਣੀ ਹੈ ਜਾਂ ਕਿਸੇ ਨੂੰ, ਨਾਲੇ ਮੇਰਾ ਦੁਪਹਿਰਾ ਨਿਕਲ ਜੂ। ਆ ਜਾ ਮੈਂ ਚਾਹ ਬਣਾ ਕੇ ਉੱਥੇ ਪੀਂਦੀ ਹੈਗੀ, ਬਹਿੰਦੀ ਹਾਂ ਨਾ ਇੱਥੇ ਨਾ ਗੱਲਾਂ ਕਰ ਲਓ ਹੋਰ, ਆਰਾਮ ਕਰਨਾ ਹੁਣ ਕੰਮ ਨਿਬੜ ਗਿਆ। ਨੀ ਘਰੇ ਆ ਗਗਨ? ਘਰੇ ਆ ਚਾਚੀ, ਆ ਜਾਓ ਲੰਘੇ ਆਓ। ਨੀ ਲੰਘ ਤਾਂ ਆਉਂਗੀ, ਭਲਾ ਦੱਸ ਰੋਟੀ ਨਾਲ ਖਾਣ ਨੂੰ ਹੈਗਾ ਤੁਹਾਡੇ ਕੋਲ? ਮੱਥਾ ਟੇਕਦੇ ਚਾਚੀ, ਜਿਉਂਦੀ ਵਸਦੀ ਰਹਿ। ਰੋਟੀ ਨਾਲ ਚਾਚੀ ਉਹ ਸੀ ਕੱਦੂ ਦੀ ਦਾਲ ਸੀਗੀ ਰਾਤ ਵਾਲੀ, ਤੇ ਉਹ ਖੱਟੀ ਹੋ ਗਈ ਸੀ, ਮੈਂ ਹੁਣੀ ਦਾਣੇ 'ਚ ਪਾ ਕੇ ਹਟੀ। ਨਾ ਆਪਣ ਕੱਦੂਆਂ ਤਾਂ ਮੇਰਾ ਮਾਣ ਅੱਕਿਆ ਪਿਆ, ਅੱਲਾ ਸਾਡਾ ਕੰਜਰ ਲਾਉਣਾ ਛੱਡਦਾ ਹੀ ਨਹੀਂ ਹੈਗਾ, ਜਿੰਨੀਆਂ ਰੋਟੀਆਂ ਓਨੀ ਵਾਰ ਸਬਜ਼ੀ। ਚੱਲ ਕੋਈ ਨਾ ਚਾਚੀ, 4 ਰੁਪਇਆ ਮੈਂ ਤੈਨੂੰ ਉਹ ਦੇ ਦਿੰਦੀ ਹਾਂ। ਮਿੱਠੇ ਨਿੰਬੂਆਂ ਦਾ? ਹਾਂ ਹਾਂ। ਅੱਛਾ, ਮੈਂ ਤਾਂ ਇੱਕ ਹੋਰ ਗੱਲ ਵੀ ਕਰਨੀ ਸੀ ਤੇਰੇ ਕੋਲੇ। ਕੋਈ ਨਾ ਚਾਚੀ, ਕਰੋ ਗੱਲ। ਕਰੂੰ ਧੀਏ ਮੈਂ ਤਾਂ ਜੇ ਤੂੰ ਗੁੱਸਾ ਨਾ ਕਰੇ ਮੇਰੀ ਗੱਲ ਦਾ। ਓਹੋ ਚਾਚੀ, ਵੱਡਿਆਂ ਦੀ ਗੱਲ ਦਾ ਕਾਹਦਾ ਗੁੱਸਾ ਕਰਨਾ, ਨਾਲੇ ਤੁਹਾਨੂੰ ਮੇਰੇ ਸੁਭਾਅ ਦਾ ਪਤਾ ਹੈਗਾ ਹੈ ਨਾ, ਮੇਰੀ ਮਾਂ ਨੇ ਨਹੀਂ ਗੁੱਸਾ ਕੀਤਾ ਤੁਹਾਡੀ ਜਿਠਾਣੀ ਹੋ ਕੇ, ਤੇ ਮੈਂ ਤਾਂ ਫਿਰ ਵੀ ਤੁਹਾਡੀ ਨੂੰਹ ਆਂਗੀ, ਮੈਂ ਕਿਉਂ ਗੁੱਸਾ ਕਰੂੰਗੀ? ਮੈਂ ਤਾਂ ਧੀਏ ਉੜਦੀ ਗੱਲ ਸੁਣੀ ਆ, ਸਾਰੇ ਪਿੰਡ 'ਚ ਰੌਲਾ ਪਾਇਆ ਪਿਆ, ਲਟਾ ਪਿੰਗ ਹੋਈ ਪਈ ਆ ਵੀ ਗਗਨ ਅਤੇ ਦਾਗੀ ਨਹੀਂ, ਲੋਕ ਤਾਂ ਮੂੰਹ ਨਾਲ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ ਵੀ ਭਾਜਨੇ ਦੀ ਨੂੰਹ ਗਗਨ ਅਤੇ ਦਾਗੀ ਗਿੱਟ ਮਿੱਟ ਆ ਦੋਹਾਂ ਦੀ। ਚਾਚੀ ਕਹਿੰਦੇ ਹੁੰਦੇ ਆ ਜਿੰਨੇ ਮੂੰਹ ਉਨਗੇ ਗੱਲਾਂ ਹੈ ਨਾ, ਦਾਤੀ ਦੇ ਤਾਂ ਇੱਕ ਪਾਸੇ ਦਿੰਦੇ ਆ, ਲੋਕਾਂ ਦੇ ਤਾਂ ਦੋ ਪਾਸੇ ਆ, ਉਹਨਾਂ ਨੇ ਤਾਂ ਗੱਲਾਂ ਹੀ ਬਣਾਉਣਗੀਆਂ ਜਦੋਂ ਮੇਰੇ ਸਿਰ ਤੋਂ ਸਾਈ ਉੱਡ ਗਿਆ ਹੈ ਨਾ ਬੰਦੇ ਦਾ, ਜਿਹੜਾ ਕੋਈ ਕੁਛ ਕਹਿੰਦਾ ਨਾ ਕਹੀ ਜਾਣ ਦੇ, ਕਿਉਂਕਿ ਸਾਡੀ ਵਿਚਾਰਾ ਜ਼ਮੀਨ ਸਾਂਭੀ ਬੈਠਾ ਗਾ ਅਤੇ ਸਾਨੂੰ ਵੀ ਸੌਖਾ ਉਹਦਾ, ਘਰੇ ਵੀ ਕੋਈ ਕੰਮ ਕਾਰ ਕੰਮ ਆ ਜਾਂਦਾ ਗਾ। ਨਹੀਂ ਲੋਕ ਕਹਿੰਦੇ ਇਕੱਲੀ ਜ਼ਮੀਨ ਨਹੀਂ ਸਾਂਭੀ ਦਾਗੀ ਨੇ,
ਨਾਲ ਤੂੰ ਵੀ ਸਾਂਭੀ ਆ। ਚਾਚੀ ਕੋਈ ਗੱਲ ਨਹੀਂ, ਲੋਕ ਕਹਿੰਦੇ ਨਾ ਮੈਨੂੰ ਉਹਦਾ ਭੋਰਾ ਦੁੱਖ ਨਹੀਂ ਹੈਗਾ, ਪਰ ਮੈਨੂੰ ਆਪਦੇ ਘਰ ਦੇ ਨਾ ਕਹਿਣ। ਤੁਸੀਂ ਨਾ ਆਪਦੇ ਦਿਲ 'ਚ ਇਹ ਵਹਿਮ ਪਾਲਿਓ ਵੀ ਸਾਡੀ ਕੋਈ ਗੱਲ ਆ, ਉਹ ਤਾਂ ਆਪਦਾ ਬਣ ਕੇ ਆਉਂਦਾ ਨਾ, ਸਾਨੂੰ ਤਾਂ ਉਹਦਾ ਇੰਨਾ ਹੀ ਸਹਾਰਾ ਗਾ, ਲੋਕ ਤਾਂ ਬੋਲਦੇ ਬੋਲੀ ਜਾਣਗੇ। ਆ ਜਾ ਮੈਂ ਤੈਨੂੰ ਨਾਲੇ ਘੁੱਟ ਚਾਹ ਕਰ ਦਿੰਦੀ, ਤੂੰ ਇੱਥੇ ਰੋਟੀ ਖਾ ਲਈ, ਆ ਜਾ ਨਾ ਚਾਰ ਦੇ ਦਿੰਦੀ। ਮੈਂ ਤਾਂ ਹੁਣ ਸੁਣ ਕੇ ਆਈ ਹਾਂ ਅੱਡੇ ਤੋਂ ਗੱਲ, ਕਹਿੰਦੇ ਅਖੇ ਦਾਗੀ ਤਾਂ ਬੰਟੂ ਤੇ ਗੱਲ ਪਏ ਚੱਲਿਆ ਸੀ ਉੱਥੇ, ਜੱਫਮ ਜੱਫੀ ਹੋ ਗਏ। ਹਾਏ ਮੈਂ ਮਰ ਜਾ ਚਾਚੀ, ਇੰਨੀਆਂ ਗੱਲਾਂ ਹੋ ਗਈਆਂ ਬਾਹਰ। ਹੋਰ ਹੁਣ ਆਨੇ ਇੰਨੀਆਂ ਗੱਲਾਂ ਹੋਈ ਜਾਂਦੀਆਂ ਨੇ, ਤੂੰ ਜ਼ਮੀਨ ਠੇਕੇ ਤੇ ਦੇਣੀ, ਹੋਰ ਬੰਦੇ ਮਰ ਗਏ ਪਿੰਡ ਦੇ, ਤੂੰ ਤਾਂ ਆਏ ਸਾਲ ਡਾਗੀ ਦੇ ਟੂਹੇ 'ਚ ਦੇ ਦਿੰਦੀ ਆ ਜ਼ਮੀਨ। ਚਾਚੀ ਆਏ ਸੀਗਾ ਉਹ, ਹੁਣ ਮੈਂ ਤੇ ਬੀਬੀ ਨੇ ਨਾ ਬਹਿ ਕੇ ਰਾਏ ਕੀਤੀ ਸੀ। ਬੀਬੀ ਕਹਿੰਦੀ ਜੇ ਕਿਸੇ ਹੋਰ ਬੰਦੇ ਨੂੰ ਜ਼ਮੀਨ ਦੇਤੀ ਨਾ ਬੰਜਰ ਬਣਾ ਦੇਣਗੇ, ਅਗਲਾ ਪੁੱਠੇ ਸਿੱਧੇ ਹਲ ਮਾਰ ਕੇ ਉੱਚੀ ਨੀਵੀਂ ਜ਼ਮੀਨ ਕਰ ਦਿੰਦਾ, ਮੁੜ ਕੇ ਕਿੱਥੇ ਫਸਲ ਉੱਗਦੀ ਆ। ਉਹ ਨਾ ਸਾਡੀ ਜ਼ਮੀਨ ਵਧੀਆ ਉਹਦੇ ਬਾਈ ਵਾਂਗੂ ਸਾਂਭੀ ਬੈਠਾ, ਅਤੇ ਆਈ ਵਾਰ ਸੋਹਣੀ ਕਣਕ ਕੱਢ ਲੈਂਦਾ, ਨਰਮੇ ਵੇਲੇ ਸੋਹਣਾ ਨਰਮਾ ਅਤੇ ਝੋਨੇ ਵੇਲੇ ਸੋਹਣਾ ਝੋਨਾ ਨਿਕਲਦਾ। ਮੈਨੂੰ ਆਇਆ ਵੀ ਚੱਲ ਸਾਂਭੀ ਬੈਠਾ ਜ਼ਮੀਨ, ਨਾਲੇ ਵਿਚਾਰਾ ਕਦੇ ਇੱਕ ਤੋਂ ਦੋ ਨਹੀਂ ਬੋਲਿਆ। ਜੇ ਮੈਂ ਕਹਿੰਦਾ ਪਾਣੀ ਪੀ ਲਾ ਅਤੇ ਕਹਿੰਦਾ ਕੋਈ ਨਾ ਭਾਬੀ ਮੈਂ ਆਪੀ ਚੱਕ ਕੇ ਪੀ ਲੂੰਗਾ, ਬਸ ਜਿੰਨੇ ਪੈਰੀ ਆਉਂਦਾ ਨਾ ਕੰਮ ਕਰਕੇ ਉਹਦੀ ਮੁੜ ਜਾਂਦਾ, ਕਦੇ ਸਾਡੇ ਕੋਲ ਬੈਠਿਆ ਨਹੀਂ, ਕਦੇ ਕੋਈ ਗੱਲਾਂ ਦਾ ਲਾਲਚ ਨਹੀਂ ਆਉਣਾ। ਮੈਂ ਤਾਂ ਕੱਲ੍ਹ ਜੰਗੀਰੋ ਤਾਂ ਸੁਣੀ ਸੀ ਗੱਲ, ਆਈ ਸੀ ਬਹਾਂ ਨਿਬਾੜੇ 'ਚ ਟੱਕਰੀ ਤੀ ਮੈਨੂੰ ਪਾਥੀ ਵਾਲੇ 'ਚ, ਕਹਿੰਦੀ ਆ ਖੇਦਾ ਤੂੰ ਤਾਂ ਰਹਿੰਦੀ ਚੱਤੋ ਪੈਰ ਅੰਦਰ ਬੜੀ, ਇੱਥੇ ਏਸੀ ਦੇ ਥੱਲੇ, ਬਾਹਰ ਅੰਦਰ ਤਾਂ ਅਸੀਂ ਜਾਂਦੇ ਹਾਂ ਨਹੀਂ, ਲੋਕਾਂ ਦਾ ਕਿਵੇਂ ਮੂੰਹ ਸਿਰ ਸੁੰਘਦੇ ਸਾਨੂੰ ਪਤਾ, ਕਿਸੇ ਨੂੰ ਨੱਕ ਦਿਖਾਉਣ ਜੋਗੇ ਨਹੀਂ ਰਹੇ ਹੈਗੇ, ਅਗਲਾ ਹਰੇਕ ਹੀ ਕਹਿ ਦਿੰਦਾ ਹੁਣ ਤਾਂ ਦਾਗੀ ਤਾਂ ਗਗਨ 'ਤੇ ਚਾਦਰ ਪਾਓ, ਗਗਨ 'ਤੇ ਚਾਦਰ ਪਾਓ। ਚਾਚੀ ਲੋਕਾਂ ਨੂੰ ਕੀ ਆ, ਲੋਕ ਤਾਂ ਕਹਿੰਦੇ ਆ ਜਿਹੜਾ ਕੁਛ ਕਹਿੰਦੇ ਰਹਿਣ, ਪਰ ਮੈਨੂੰ ਆਪਦਾ ਨਾ ਕੋਈ ਕੁਛ ਕਵੇ, ਜਦੋਂ ਮੇਰੇ ਸਿਰ ਦਾ ਸਾਈਂ ਨਹੀਂ ਹੈਗਾ ਨਾ, ਲੋਕਾਂ ਨੇ ਤਾਂ ਬੋਲਣਾ ਹੀ ਆ। ਪਹਿਲਾਂ ਬਾਪੂ ਜੀ ਮਾਂ ਨੂੰ ਛੱਡ ਗਏ, ਮਾਂ ਨੇ ਕੀ ਦੁੱਖ ਦੇਖ ਦੇਖ ਕੇ ਇਹਨਾਂ ਨੂੰ ਪਾਲਿਆ ਸੀਗਾ, ਜੇ ਮੈਂ ਮਾਂ ਨੂੰ ਛੱਡ ਗਈ ਨਾ ਉਹ ਵੀ ਇਕੱਲੀ ਰਹਿ ਜੂਗੀ, ਸਾਨੂੰ ਸੌਖੀ ਰੋਟੀ ਵੀ ਨਹੀਂ ਖਾਣ ਦਿੰਦੇ, ਕਿਵੇਂ ਸਾਡੀਆਂ ਗੱਲਾਂ ਬਣਾਉਂਦੇ ਆ। ਉਹ ਹੋਣੀ ਆਪੀ ਰੌਲਾ ਨਿਬੜ ਜੂਗਾ, ਤੂੰ ਪੜ ਗਿਆ ਕਿ ਕਿਸੇ ਹੋਰ ਨੂੰ ਦੇ ਦੇ ਜ਼ਮੀਨ। ਜ਼ਮੀਨ ਤਾਂ ਕੋਈ ਗੱਲ ਨਹੀਂ ਚਾਚੀ, ਅਸੀਂ ਕਿਸੇ ਹੋਰ ਨੂੰ ਦੇ ਦਾਂਗੇ, ਜੇ ਲੋਕ ਆਹ ਗੱਲਾਂ ਕਰਦੇ ਆ ਨਾ ਅਸੀਂ ਐਤਕੀ ਦਾਗੀ ਨੂੰ ਜਵਾਬ ਦੇ ਦਾਂਗੇ, ਪਰ ਉਹਦੇ ਵਰਗਾ ਸਾਨੂੰ ਸਾਰੇ ਪਿੰਡ 'ਚ ਕੋਈ ਬੰਦਾ ਨਹੀਂ ਲੱਭਣਾਗਾ। ਹੋਰ ਨਾਲੇ ਤੈਨੂੰ ਪਤਾ ਐਵੀਂ ਦੰਦ ਕਥਾ ਲੈ ਕੇ ਰਹਿ ਬਹਿ ਜਾਂਦੀ ਆ ਲੋਕਾਂ ਦੀ, ਹੈ ਐਵੀਂ ਉਹਦਾ ਜਵਾਕ ਦਾ ਸਿਰ ਪੜਵਾ ਦੇਂਗੀ ਤੂੰ। ਨਹੀਂ ਚਾਚੀ ਮੈਂ ਤਾਂ ਉਹਨੂੰ ਕੀ ਕਹਿਣਾ, ਉਹ ਤਾਂ ਭਲਾ ਬੰਦਾ ਗਾ ਜਿਹੜਾ ਸਾਡੀ ਜ਼ਮੀਨ ਸਾਂਭੀ ਬੈਠਾ ਗਾ, ਸਾਡੇ ਹਰ ਇੱਕ ਦੁੱਖ ਸੁੱਖ 'ਚ ਕੰਮ ਆਉਂਦਾ ਗਾ, ਹੈ ਨਾ। ਉਹ ਤਾਂ ਥੋੜ੍ਹੀ ਮੈਂ ਦੁੱਖਾਂ ਦਾ ਪਹਾੜ ਤੋੜਨਾ ਗਾ, ਰੱਬ ਨੇ ਸਾਡੇ ਨਾਲ ਤਾਂ ਜਿਹੜਾ ਕੁਛ ਕਰਨਾ ਸੀ ਕਰਤਾ। ਕੱਲ ਨੂੰ ਅਗਲੇ ਨੇ ਮੰਗਣਾ, ਵਿਆਹਣਾ, ਵਿਆਹ ਕਰਾਉਣਾ, ਕਿਹੜਾ ਉਹਨੂੰ ਤੀਵੀਂ ਦੀ ਵਾਂਹ ਫੜਾਓ ਕਿਸੇ ਦੀ, ਹੈ ਅਗਲਾ ਕਹੂ ਵੀ ਇਹ ਤਾਂ ਪਹਿਲਾਂ ਹੀ ਸਾਂਭੀ ਫਿਰਦਾ ਜ਼ਮੀਨ ਵੀ ਤੇ ਤੀਵੀਂ ਵੀ। ਚੱਲ ਕੋਈ ਨਾ ਚਾਚੀ, ਮੈਨੂੰ ਇਹ ਗੱਲਾਂ ਨਾ ਚੰਗੀਆਂ ਨਹੀਂ ਲੱਗਦੀਆਂ, ਤੁਸੀਂ ਨਾ ਮੈਨੂੰ ਐਂ ਕਹੋ ਨਾ। ਉਹ ਤਾਂ ਅਸੀਂ ਤੈਨੂੰ ਕਦਮ ਵਾੜੀ ਕਹਿਣੇ ਆ, ਹੈ ਪਹਿਲਾਂ ਕਿਹਾ ਤੈਨੂੰ ਕਿਸੇ ਨੇ ਕੁਛ ਦੱਸ ਆਪਣੇ ਘਰ 'ਚੋਂ। ਚਾਚੀ ਤੁਸੀਂ ਨਹੀਂ ਕਿਹਾ, ਦੇਖੀ ਜੇ ਵਿਚਾਰੇ ਦਾਗੀ ਕੋਲੇ ਹੈ ਨਾ ਜ਼ਮੀਨ ਹੋਵੇ ਨਾ, ਉਹਨੂੰ ਵੀ ਰਿਸ਼ਤਾ ਹੋ ਜੇ, ਜ਼ਮੀਨ ਦਾ ਕਰਕੇ ਉਹ ਕਹਿੰਦਾ ਭਾਬੀ ਮੈਨੂੰ ਹੁਣ ਤੱਕ ਰਿਸ਼ਤਾ ਨਹੀਂ ਹੋਇਆ ਗਾ, ਅਤੇ ਬਸ ਅਸੀਂ ਕਿਹਾ ਵੀ ਚੱਲ ਕੋਈ ਗੱਲ ਨਹੀਂ, ਪਰਮਾਤਮਾ ਨੇ ਸਾਡੇ ਨਾਲ ਮਾੜੀ ਕਰਤੀ, ਸਾਡੀ ਜ਼ਮੀਨ ਤੂੰ ਆਪਦੀ ਸਮਝ ਕੇ ਬਾਈ ਜਾ, ਸਾਨੂੰ ਤਾਂ ਨਾ ਉਹ ਆਪਦਾ ਓਨਾ ਹੱਕ ਵੀ ਨਹੀਂ ਲੈਂਦਾ ਜਿੰਨੀ ਵਾਹੀ ਕਰਦਾ ਗਾ। ਜਦੋਂ ਤੈਨੂੰ ਸਾਰਾ ਕੁਛ ਛੱਡ ਦਿੰਦੇ ਤਾਂ ਹੀ ਤਾਂ ਲੋਕ ਗੱਲਾਂ ਬਣਾਉਂਦੇ ਨੇਗੇ, ਤੂੰ ਅਗਲੇ ਨੂੰ ਕਹਿ ਭਾਈ ਸਾਨੂੰ ਛੱਡ ਕੁਛ ਨਾ, ਵੀ ਸਾਡਾ ਤਾਂ ਠੇਕਾ ਹੀ ਦੇਈ ਜਾ, ਅੱਬਲ ਹੋਰ ਲੋੜ ਹੀ ਨਹੀਂ, ਨਾ ਹਿੰਗ ਲੱਗੇ ਨਾ ਫਰਕੜੀ ਨੰਗ ਚੋਖਾ ਆਵੇ, ਤੂੰ ਕਿਸੇ ਹੋਰ ਨੂੰ ਦੇ ਦੇ ਜ਼ਮੀਨ, ਜ਼ਰੂਰੀ ਸੁੱਖ ਕੇ ਦਿੱਤੀ ਹੋਈ ਹੈ ਵੀ ਉਸੇ ਨੂੰ ਦੇਣੀ ਆ, ਨਾਲੇ ਇੱਥੇ ਆਪਦੇ ਦੀਦੇ ਗਾਲ ਦੀਆਂਗੀ, ਟੈਨਸ਼ਨ ਪਾ ਕੇ ਬਹਿ ਜਾਏਗੀ, ਦਿਮਾਗ ਦੀ ਨਾਲੀ ਪਾੜ ਜੂ ਤੇਰੀ ਕਿਸੇ ਦਿਨ, ਟੈਨਸ਼ਨ ਨਾ ਲੈ ਲੈ ਕੇ। ਚੱਲ ਕੋਈ ਨਾ ਚਾਚੀ, ਆ ਜਾ ਮੈਂ ਤੈਨੂੰ ਰੋਟੀ ਪਾਣੀ ਖਵਾ ਦਾਂ, ਬਹਿ ਕੇ ਇੱਥੇ ਖਾ ਜਾ ਰੋਟੀ, ਹੁਣ ਚਾਰ ਹੈਗਾ ਗਾ, ਨਾ ਘੁੱਟ ਚਾਹ ਬਣਾ ਦੂੰ। ਚੱਲ ਬਸ ਹੁਣ ਮੈਂ ਤਾਂ ਘਰੇ ਜਾਂਦੀ ਹਾਂਗੀ। ਕੋਈ ਨਾ ਰੋਟੀ ਖਾ ਕੇ ਵਗ ਜਾ ਹੁਣ। ਨਾ ਨਾ ਬਸ ਮੇਰੀ ਧੀ, ਮੈਂ ਤਾਂ ਹੁਣ ਉੱਥੋਂ ਫੜ ਲੂੰਗੀ ਦੂਜੀ ਦਿਓ, ਚੰਗਾ ਐਵੇਂ ਟੈਨਸ਼ਨ ਨਾ ਲਾਏ ਤੂੰ ਘਰੇ, ਨਹੀਂ ਬਹਿ ਜਾ ਆਪਦਾ ਆਰਾਮ ਆਰਾਮ ਕਰ। ਠੀਕ ਹੈ ਚਾਚੀ, ਚੰਗਾ ਜਾਂਦੀ ਹਾਂ ਮੈਂ। ਕੀ ਪਤਾ ਚਾਚੀ ਲੋਕ ਕਹਿੰਦੇ ਆ ਕਿ ਨਹੀਂ ਕਹਿੰਦੇ,
ਕੀ ਪਤਾ ਤੂੰ ਹੀ ਸਾਡੀਆਂ ਗੱਲਾਂ ਬਣਾਉਂਦੀ ਹੋਵੇਂ, ਹੈ ਨਾ, ਨਾਲੇ ਮੇਰਾ ਮਨ ਦੁਖੀ ਕੀਤਾ। ਜਿਹੜੀ ਮਾਂ ਦਾ ਪੁੱਤ ਮਰ ਗਿਆ ਹੋਵੇ ਜਾਂ ਜਿਹਦਾ ਸੁਹਾਗ ਗੁੱਜੜ ਗਿਆ ਹੋਵੇ ਨਾ, ਉਹਨੂੰ ਪਤਾ ਹੁੰਦਾ ਕਿ ਦੁੱਖ ਕੀ ਹੁੰਦਾ। ਲੋਕਾਂ ਨੇ ਤਾਂ ਇਕੱਲੀਆਂ ਗੱਲਾਂ ਹੀ ਬਣਾਉਣੀਆਂ। ਕਹਿੰਦੇ ਹੁੰਦੇ ਆ ਜਿਹਤੇ ਦੁੱਖ ਦਾ ਪਹਾੜ ਟੁੱਟਦਾ ਨਾ, ਉਹ ਉਹਨੂੰ ਪਤਾ ਹੁੰਦਾ ਗਾ, ਜਿਸ ਤਣ ਲੱਗੇ ਸੋਈ ਜਾਣੇ, ਕੌਣ ਜਾਣੇ ਪੀੜ ਪਰਾਈ। ਨਾਲੇ ਮੇਰਾ ਮਨ ਦੁਖੀ ਕਰ ਗਿਆ, ਨਾਲੇ ਕਹਿੰਦੇ ਆ ਗੱਲ ਦਿਲ 'ਤੇ ਨਾ ਲਾਈ। ਗਾਗੜਾ, ਹਾਂ ਮਾਂ, ਆਹ ਦੁੱਧ ਫੜਾਇਆ ਗੁਰਦੁਆਰੇ। ਮਾਂ ਮੈਂ ਐਂ ਕਹਿੰਦੀ ਸੀਗੀ, ਮੈਂ ਬਾਗਤਾ ਜਾਊਂਗੀ ਗੁਰਦੁਆਰੇ, ਦੇਖੀ ਲੋਕ ਆਪਣੇ ਬਾਰੇ ਕਿੰਨਾ ਗੱਲਾਂ ਕਰੀ ਜਾਂਦੇ। ਫਿਰ ਤੁਸੀਂ ਉਹ ਗੱਲ 'ਤੇ ਗੌਰ ਕੀਤੀ ਸੀ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਵੀ ਚਾਚੀ ਕਹਿ ਕੇ ਗਈ ਆ ਵੀ ਐਤਕੀ ਜ਼ਮੀਨ ਆਪਾਂ ਜੱਗੇ ਕਿਉਂ ਦੇ ਦਿੰਦੇ ਹਾਂ? ਨਹੀਂ, ਕਹੀ ਜਾਣਦੇ ਕਹੀ ਜਾਂਦੇ ਆ, ਆਪਾਂ ਤਾਂ ਜ਼ਮੀਨ ਦਾਗੀ ਨੂੰ ਦੇਵਾਂਗੇ। ਮਾਂ ਦਾਗੀ ਨੂੰ ਤਾਂ ਦੇਵਾਂਗੇ, ਪਤਾ ਲੋਕ ਗੱਲਾਂ ਕਰਦੇ ਆਪਣੀਆਂ ਵੀ ਆਏ ਆਏ ਹੈਗਾ, ਹੈ ਨਾ, ਮੈਨੂੰ ਆਇਆ ਵੀ ਆਪਾਂ ਕਿਉਂ ਕਲੰਕ ਲਗਾਈਏ, ਅੱਗੇ ਆਪਾਂ ਤਾਂ ਦੁਖੀ ਹੈਗੇ, ਹੋਰ ਕਿਉਂ ਦੁੱਖ ਪਾਈਏ। ਨਾ ਕਹੀ ਜਾਣਦੇ, ਆਪਾਂ ਤਾਂ ਦਾਗੀ ਨੂੰ ਦੇਵਾਂਗੇ ਜ਼ਮੀਨ। ਚੱਲ ਕੋਈ ਨਾ ਮਾਂ, ਮੈਂ ਗੁਰਦੁਆਰੇ ਦੁੱਧ ਫੜਾਇਆ ਵਾਂ, ਦੁੱਧ ਫੜਾਇਆ, ਗੌਰ ਰੱਖੀ ਉਹਨੇ ਘਰ। ਚੰਗਾ, ਪਰ ਨਾ ਚਾਹ ਕੇ ਵੀ ਨਾ ਮੈਨੂੰ ਗੱਲ ਤਾਂ ਕਰਨੀ ਪਊਗੀ, ਕਿਉਂਕਿ ਪਾਣੀ ਹੁਣ ਸਿਰ ਦੇ ਉੱਤੋਂ ਦੀ ਲੰਘ ਗਿਆ। ਮੈਂ ਤਾਂ ਕਹਿੰਦੀ ਹਾਂ ਤੂੰ ਆਪਦੀ ਗੱਲ ਪਹਿਲਾਂ ਮੈਨੂੰ ਦੱਸ ਦੇ, ਮੈਂ ਤਾਂ ਫਿਰ ਦੱਸ ਹੀ ਦੇਣੀ। ਨਹੀਂ ਬਾਬੀ, ਤੂੰ ਦੱਸ ਪਹਿਲਾਂ ਕੀ ਗੱਲ, ਤੇਰੇ ਮਨ 'ਚ ਕੀ ਗੱਲ? ਮੇਰੇ ਮਨ 'ਚ ਤਾਂ ਕੋਈ ਗੱਲ ਨਹੀਂ ਹੈਗੀ, ਹੈ ਨਾ, ਮੈਂ ਤਾਂ ਨਾ ਐਂ ਗੱਲਾਂ ਕਰਦੀ ਸੀ। ਮੇਰੇ ਕੋਲ ਚਾਚੀ ਆਈ ਸੀ ਚਤਰੂ ਅੱਜ, ਅਤੇ ਉਹ ਨਾ ਪਤਾ ਨਹੀਂ ਕਾ ਤੋਂ ਊਟ ਪਟਾਂਗ ਜੇ ਬੋਲੀ ਗਈ, ਕਹਿੰਦੀ ਆ ਕਿ ਦਾਗੀ, ਹੈ ਨਾ, ਕਹਿੰਦੀ ਅਤੇ ਲੋਕ ਤੇਰੇ ਬਾਰੇ ਐਂ ਐਂ ਗੱਲਾਂ ਕਰਦੇ ਆ ਵੀ ਦਾਗੀ ਗਗਨ 'ਤੇ ਚਾਦਰ ਪਾਉਣ ਨੂੰ ਫਿਰਦਾ, ਐਂ ਕਰਦਾ, ਬਹੁਤ ਕਰਦਾ। ਮੈਂ ਚਾਚੀ ਨੂੰ ਦੱਸਿਆ ਵੀ ਚਾਚੀ ਉਹ ਇੰਨਾ ਬੰਦਾ ਮਾੜਾ ਨਹੀਂ ਹੈਗਾ, ਵੀ ਸਾਡੇ ਤਾਂ 5 ਸਾਲ ਹੋ ਗਏ ਉਹਨੂੰ ਆਉਂਦੇ ਜਾਂਦੇ ਨੂੰ, ਤੈਨੂੰ ਪਤਾ ਲੋਕਾਂ ਦੇ ਕਿਹੜਾ ਆਪਾਂ ਮੂੰਹ ਫੜ ਲਾਂਗੇ। ਅਤੇ ਫਿਰ ਮੈਂ ਬੀਬੀ ਨਾਲ ਇਹ ਵੀ ਰਾਏ ਕੀਤੀ ਵੀ ਬੀਬੀ ਵੀ ਐਤਕੀ ਆਪਾਂ ਜ਼ਮੀਨ ਠੇਕੇ 'ਤੇ ਦਾਗੀ ਨੂੰ ਦਿੰਦੇ ਨਹੀਂ, ਵੀ ਕਿਸੇ ਹੋਰ ਨੂੰ ਦੇ ਦਾਂਗੇ। ਅਤੇ ਮਾਂ ਇੱਕ ਗੱਲ 'ਤੇ ਅਟਕੀ ਹੋਈ ਆ, ਨਹੀਂ ਕਹਿੰਦੀ ਆਪਾਂ ਤਾਂ ਜ਼ਮੀਨ ਦਾਗੀ ਨੂੰ ਦੇਣੀ ਆ। ਹੁਣ ਨਾ ਮੇਰਾ ਦਿਲ ਨਾ ਦੋ ਪਾਸੇ ਜੇ ਹੋਇਆ ਪਿਆ, ਡਾਵਾਂ ਡੋਲ ਜੇ ਹੁੰਦਾ ਵੀ ਲੋਕਾਂ ਤੋਂ ਗੱਲਾਂ ਕਹਾਵਾਂ, ਉਹਦੀ ਵਿਚਾਰੇ ਦੀ, ਤੇਰੇ ਬਾਈ ਦੀ, ਮਰੇਵੇ ਦੀ ਸਿਵੇ 'ਚੋਂ ਮੈਂ ਰਾਹ ਖਡਾਵਾਂ। ਦੇਖ ਭਾਵੇਂ ਮੈਂ ਵੀ ਬਾਹਰੋਂ ਇਹੋ ਜਿਹਾ ਕੁਛ ਸੁਣ ਕੇ ਆਇਆ, ਜਿਵੇਂ ਤੇਰਾ ਦਿਲ ਕਰਦਾ ਤੂੰ ਉਵੇਂ ਕਰ, ਮੈਂ ਕੁਛ ਨਹੀਂ ਵਿੱਚ ਬੋਲਦਾ, ਠੀਕ ਆ? ਜਿਵੇਂ ਤੇਰਾ ਚਿੱਤ ਮੰਨਿਆ, ਜੋ ਤੈਨੂੰ ਫੈਸਲਾ ਸਹੀ ਲੱਗਿਆ ਉਹ ਕਰਦੀ, ਮੈਨੂੰ ਮਨਜ਼ੂਰ ਆ। ਤੈਨੂੰ ਤਾਂ ਮਨਜ਼ੂਰ ਆ ਕਮਲਿਆ, ਮੈਨੂੰ ਐਂ ਤਾਂ ਪਤਾ ਹੈਗਾ ਵੀ ਤੁਹਾਡੇ ਦਾ ਆਪ ਜ਼ਮੀਨ ਹੈ ਨਹੀਂ ਵਧੀਆ, ਨਾਲੇ ਤੂੰ ਜ਼ਮੀਨ ਸਾਂਭੀ ਜਾਂਦਾ, ਨਾਲੇ ਤੂੰ ਵੀ ਸੌਖੀ ਰੋਟੀ ਖਾਈ ਜਾਂਦਾ, ਅਸੀਂ ਤਾਂ ਸੌਖੇ ਤੇਰੇ ਨਾਲ ਹੈਗੇ ਹਾਂ। ਲੋਕਾਂ ਦਾ ਕੀ ਆ, ਬੋਲਦੇ ਬੋਲੀ ਜਾਣਦੇ। ਮੈਂ ਤਾਂ ਕਹਿੰਦੀ ਹਾਂ ਚੁੱਪ ਕਰਕੇ ਜ਼ਮੀਨ ਵਾਹੀ ਜਾ, ਨਾਲੇ ਜੱਗਾ ਨਾ ਬੰਦਾ ਚੱਜਦਾ ਨਹੀਂ ਹੈਗਾ। ਉਹ ਭਾਬੀ ਹੁਣ ਤੈਨੂੰ ਪਤਾ ਹੀ, ਹੁਣ ਮੈਂ ਕੁਛ ਬੋਲ ਨਹੀਂ ਨਾ ਸਕਦਾ, ਮੇਰੇ ਹੱਥ ਵੱਸ ਹੋਵੇ ਮੈਂ ਸਭ ਕੁਛ ਠੀਕ ਕਰਦਾ, ਹੁਣ ਕੀ ਕਰਾਂ? ਲੋਕਾਂ ਦੇ ਮੂੰਹ ਨਹੀਂ ਫੜ ਸਕਦੇ ਤੇਰੇ ਵਾਲੀ ਗੱਲ। ਮੂੰਹ ਤਾਂ ਨਹੀਂ ਫੜ ਸਕਦੇ, ਮੈਨੂੰ ਐਂ ਲੱਗਦਾ ਕਿਸੇ ਨੇ ਜਾਣ ਕੇ ਜੱਗੇ ਨੂੰ ਭੜਕਾਇਆ, ਅਤੇ ਵੀ ਆਪਣੇ ਬਾਰੇ ਐਂ ਗੱਲਾਂ ਡਾਓ ਤਾਂ ਜ਼ਮੀਨ ਉਹ ਲੈ ਲੇ। ਮੈਨੂੰ ਨਾ ਡਰ ਵੀ ਲੱਗਦਾ ਕਿ ਉਹ ਹੈ ਨਹੀਂ ਬੰਦਾ ਵਰਤਣ ਵਾਲਾ, ਕਿਤੇ ਜ਼ਮੀਨ ਨਾ ਨੱਪਲੇ, ਕਿਉਂਕਿ ਜੋ ਸਿਰ 'ਤੇ ਬੰਦਾ ਨਾ ਹੋਵੇ ਤਾਂ ਸਾਡੇ ਅੱਗੇ ਤਾਂ ਅੱਗੇ ਕੌਣ ਲਊਗਾ? ਭਾਈ ਤੂੰ ਬਗਾਨਾ ਗਾ, ਤੈਨੂੰ ਅਸੀਂ ਵੀ ਨਹੀਂ ਆਪਦੇ ਝੰਝੇਟੇ 'ਚ ਫਸਾ ਸਕਦੇ, ਹੈ ਨਾ? ਉਹੀ ਗੱਲ ਭਾਬੀ, ਇਹਦਾ ਲੋਕਾਂ ਨੇ ਫਿਰ ਗੱਲਾਂ ਜਿਹੜੀਆਂ ਬਣਾਉਣੀਆਂ ਹੁੰਦੀਆਂ ਨੇ ਫਿਰ ਆਈ ਹੁੰਦਾ ਹੁੰਦਾ, ਬੰਦੇ ਦੇ ਗਏ ਤੋਂ ਬਾਅਦ ਤਾਂ ਲੋਕਾਂ ਹੀ ਗੱਲਾਂ ਬਣਾਉਂਦੇ ਨੇ। ਚੱਲ ਕੋਈ ਗੱਲ ਨਹੀਂ ਭਾਬੀ, ਤੂੰ ਕੋਈ ਗੱਲ ਦਿਲ 'ਤੇ ਨਾ ਲਾਈ, ਜਿਵੇਂ ਤੈਨੂੰ ਠੀਕ ਲੱਗਿਆ ਤੂੰ ਉਵੇਂ ਕਰੀ, ਮੈਨੂੰ ਮਨਜ਼ੂਰ ਆ ਜੋ ਤੁਸੀਂ ਫੈਸਲਾ ਕਰੋਗੇ। ਮੈਂ ਵੀ ਤੈਨੂੰ ਇਹੀ ਗੱਲ ਕਹਿੰਦੀ ਸੀ ਦਾਗੀ, ਲੋਕਾਂ ਦੀ ਗੱਲ ਦਿਲ 'ਤੇ ਨਾ ਲਾਈ, ਕਿਤੇ ਇਹ ਨਾ ਹੋ ਜੇ ਚੱਲ 1 ਸਾਲ ਅਸੀਂ ਕਿਸੇ ਨੂੰ ਦੇ ਕੇ ਦੇਖ ਲੈਂਦੇ ਹਾਂ ਜ਼ਮੀਨ,
ਪਰ ਇਹ ਨਾ ਹੋਵੇ ਵੀ ਤੂੰ ਸਾਡੇ ਆਉਣਾ ਜਾਣਾ ਹੀ ਨਹੀਂ। ਨਹੀਂ ਭਾਬੀ ਮੈਨੂੰ ਜਦੋਂ ਮਰਜ਼ੀ ਦੋ ਕੋਈ ਕੰਮ ਹੁੰਦਾ ਨਾ ਮੈਨੂੰ ਫੋਨ ਕਰਦਾ ਕਰੋ, ਮੈਂ ਆਪੇ ਆ ਜਾ ਕਰੂੰ। ਜੇ ਕੋਈ ਕੰਮ ਹੁੰਦਾ ਤਾਂ ਵੀ ਮੈਨੂੰ ਦੱਸਦਾ ਕਰ। ਸਾਨੂੰ ਤਾਂ ਕੀ ਕੰਮ ਲਿਆ, ਮੈਂ ਕਹਿੰਦੀ ਹਾਂ ਜੇ ਤੈਨੂੰ ਕੋਈ ਕੰਮ ਪੈ ਗਿਆ ਪੈਸੇ ਧੇਲੀ ਨੂੰ ਜਾਂ ਕੋਈ ਹੋਰ ਲੋੜ ਹੋਈ ਨਾ ਕਿਤੇ, ਇਹ ਕਹਿ ਦੇ ਕਿ ਭਾਬੀ ਕਹਿਣ ਤਾਂ ਜ਼ਮੀਨ ਵੀ ਮੈਥੋਂ ਖੋਲੀ ਹੈ ਨਾ, ਅਤੇ ਮੈਂ ਹੁਣ ਕੀ ਕਰੂੰਗਾ। ਤੈਨੂੰ ਕਦੋਂ ਵੀ ਕੋਈ ਲੋੜ ਹੋਈ ਤਾਂ ਬੇਬੇ ਕੋਲ ਬੇਝਿਜਕਾ ਆ ਜੀ, ਤੈਨੂੰ ਅਸੀਂ ਜਵਾਬ ਨਹੀਂ ਦੇ। ਇਹੋ ਜਿਹੀ ਨਾ ਗੱਲ ਮੰਨਦੇ ਰਹੀ, ਕੋਈ ਗੱਲ ਨਹੀਂ, ਮੈਂ ਆਪੇ ਘਰ ਨੂੰ ਬੋਲ। ਚੱਲ ਠੀਕ ਆ ਭਾਬੀ, ਪਹੁੰਚ ਤੂੰ ਘਰੇ ਫਿਰ, ਮੈਂ ਵੀ ਚੱਲਦਾ ਇੰਨੇ। ਠੀਕ ਹੈ, ਚੱਲ। ਵਿਚਾਰੇ ਨੂੰ ਮੈਂ ਆਖਾਂ, ਕਹਿੰਦਾ ਜਿਹੜੀ ਗੱਲ ਤੂੰ ਕਹਿਤੀ ਭਾਬੀ, ਮੇਰੇ ਤਾਂ ਸਿਰ ਮੱਥੇ ਆ, ਹੈ ਇਹਨੇ ਤਾਂ ਮਨਜ਼ੂਰ ਕਰ ਲਈ, ਪਰ ਸਾਡਾ ਦਿਲ ਨਹੀਂ ਮੰਨਦਾ ਨਾ ਕਿ ਉਹ ਬੰਦਾ ਬਰਤਨ ਵਾਲਾ ਹੈ ਨਹੀਂ ਗਾ। ਮੈਨੂੰ ਤਾਂ ਇਹਦੇ ਵਿਚਾਰੇ 'ਤੇ ਤਰਸ ਵੀ ਆਉਂਦਾ, ਕਿੰਨੀ ਮਿਹਨਤ ਕਰਦਾ ਸੀ। ਮਿਹਨਤ ਕਰਨ ਵਾਲੇ ਤੋਂ ਹਰ ਇੱਕ ਚੀਜ਼ ਖੋ ਹੀ ਜਾਂਦੀ ਆ। ਆਹ ਕੌਣ ਤੁਰਿਆ ਆਉਂਦਾ ਗਗਨ, ਕਿਵੇਂ ਤੁਰੀ ਆਉਂਦੀ ਆ? ਆ ਜਾ ਆ ਜਾ ਗਗਨ, ਸਾਹਮਣੇ ਬੈਠੀ ਆ ਭੈਣੇ। ਦਿਸ ਗਈ ਸੀ ਭੈਣੇ ਮੈਨੂੰ ਸਾਹਮਣੇ ਬੈਠੀ ਦਾ ਤੂੰ। ਹੋਰ ਭੈਣ ਦੇ ਕੀ ਹਾਲ ਚਾਲ ਨੇ? ਵਧੀਆ ਠੀਕ ਠਾਕ, ਤੂੰ ਸੁਣਾ ਕਿਵੇਂ? ਅੱਜ ਸਾਡੇ ਘਰੇ ਮਾਰ ਲਿਆ ਗੇੜਾ? ਮੈਂ ਤਾਂ ਮਾਰ ਲਿਆ ਗੇੜਾ ਭੈਣ, ਤੂੰ ਤਾਂ ਭੁੱਲ ਭੱਲ ਗਈ, ਤੂੰ ਤਾਂ ਕਦੇ ਆਈ ਨਹੀਂ ਸਾਡੇ ਘਰੇ। ਹੈ ਨਾ ਭੈਣੇ, ਭੁੱਲੀ ਤਾਂ ਮੈਂ ਕਾਹਨੂੰ ਆ ਤੈਨੂੰ। ਮੈਂ ਤਾਂ ਨਾ ਬਸ ਤੈਨੂੰ ਕੀ ਦੱਸਾਂ, ਉਹੀ ਬਸ ਆਉਂਦੀ ਨਹੀਂ ਸੀ, ਹੁਣ ਮੈਂ ਤੈਨੂੰ ਦੱਸ ਵੀ ਨਹੀਂ ਸਕਦੀ। ਲੈ ਕਹਿੰਦੀ ਮੈਂ ਦੱਸ ਨਹੀਂ ਸਕਦੀ। ਹੈ ਤੈਨੂੰ ਪਤਾ ਕਮਲ ਗਈ, ਆਪਾਂ ਤਾਂ ਪੁਰਾਣੀਆਂ ਸਹੇਲੀਆਂ, ਆਪਾਂ ਕਾਹਦੇ ਲੁਕੋ ਰੱਖਣੇ ਇੱਕ ਦੂਜੇ ਤੋਂ। ਮੈਂ ਤਾਂ ਖੁੱਲ੍ਹ ਕੇ ਦੱਸ, ਤੇਰੀ ਸੱਸ ਨੇ ਕੁਛ ਕਹਿਤਾ ਕਿ ਪਿੰਡ ਦੇ ਲੋਕਾਂ ਦੇ ਸੁਣ ਕੇ ਨਹੀਂ ਆਉਂਦੀ ਤੂੰ? ਗੱਲ ਤਾਂ ਇਹ ਸੀਗੀ, ਮੈਨੂੰ ਐਂ ਜੇ ਮੈਂ ਤੈਨੂੰ ਦੱਸੂੰਗੀ ਨਾ ਤੂੰ ਦੁਖੀ ਹੋਏਗੀ, ਤੂੰ ਤਾਂ ਪਹਿਲਾਂ ਹੀ ਇੰਨੀ ਦੁਖੀ ਰਹਿੰਦੀ ਹੈ, ਮੈਂ ਦੁਖੀ ਨੂੰ ਹੋਰ ਦੁਖੀ ਨਹੀਂ ਕਰਨਾ ਚਾਹੁੰਦੀ। ਨਹੀਂ ਭੈਣੇ, ਕੋਈ ਗੱਲ ਨਹੀਂ, ਜਦੋਂ ਮੇਰੇ ਰੱਬ ਨੇ ਮੇਰੇ 'ਤੇ ਵਕਤ ਪਾਤਾ ਹੈ, ਮੈਂ ਕੀ ਦੁਖੀ ਹੋਣਾ। ਕਹਿੰਦੇ ਹੁੰਦੇ ਆ ਜੇ ਸਾਰਾ ਦਿਨ ਨਾ ਰੋਂਦਾ ਮੂੰਹ ਲੈ ਕੇ ਤੁਰੀ ਫਿਰੂੰਗੀ ਤਾਂ ਮੈਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਜੇ ਮੈਂ ਇਹੋ ਜਿਹਾ ਮੂੰਹ ਰੱਖਿਆ ਤਾਂ ਮੇਰੇ ਰੱਬ ਨਾ ਹੋਰ ਵਕਤ 'ਤੇ ਵਕਤ ਪਾਈ ਜਾਊਗਾ। ਕਹਿੰਦੇ ਹੁੰਦੇ ਦੁੱਖ ਤਾਂ ਢਿੱਡ 'ਚ ਹੁੰਦਾ ਗਾ, ਕਿਸੇ ਨੂੰ ਹੁਣ ਬੋਲ ਕੇ ਕਿਹੜਾ ਦੱਸਿਆ ਜਾਂਦਾ। ਮੈਂ ਤਾਂ ਤੈਨੂੰ ਐਂ ਕਹਿੰਦੀ ਸੀ, ਮੈਨੂੰ ਨਾ ਇਹਨਾਂ ਤੋਂ ਪਤਾ ਲੱਗਿਆ ਸੀ, ਬਾਹਰ ਬੰਦਿਆਂ 'ਚ ਕਹਿੰਦੇ ਵਾਹਵਾ ਹੀ ਚਰਚਾ ਹੋਈ ਹੈ ਤੇਰੇ ਤੇ ਦਾਗੀ ਬਾਰੇ, ਤਾਂ ਕਰਕੇ ਨਾ ਫਿਰ ਮੈਨੂੰ ਇਹ ਆਉਣ ਨਹੀਂ ਦਿੰਦੇ ਸੀਗੇ ਤੁਹਾਡੇ ਘਰੇ, ਮੈਂ ਇਸੇ ਕਰਕੇ ਨਹੀਂ ਆਈ ਭੈਣੇ। ਨਹੀਂ ਭੈਣੇ ਮੈਨੂੰ ਪਤਾ, ਸਾਰਾ ਪਿੰਡ ਇਹੀ ਗੱਲਾਂ ਕਰਦਾ। ਮੇਰੇ ਕੋਲ ਨਾ ਚਾਚੀ ਚਾਤਰੋ ਆ ਗਈ ਕਿੰਨੇ ਦਿਨਾਂ ਦੀ, ਉਹ ਵੀ ਇਹੀ ਗੱਲਾਂ ਕਰਦੀ ਸੀ, ਕਹਿੰਦੀ ਆ ਕਿਤੇ ਤੇਰੇ 'ਤੇ ਦਾਗੀ ਚਾਦਰ ਪਾਉਣ ਨੂੰ ਫਿਰਦਾ, ਤੁਹਾਡੀ ਗੱਲਬਾਤ ਆ, ਪਿੰਡ 'ਚ ਫੂ ਫੂ ਹੋਈ ਪਈ ਆ। ਮੇਰੀ ਤਾਂ ਉਹ ਗੱਲ ਕੀਤੀ ਪਈ ਆ, ਲੋਕਾਂ ਨੇ ਰੰਡੀ ਤਾਂ ਰੰਡ ਕੱਟ ਲਏ, ਕੱਟਣ ਨਹੀਂ ਦਿੰਦੇ ਲੋਕ ਮੈਨੂੰ, ਵੀ ਰੱਬ ਨੇ ਮੇਰੇ 'ਤੇ ਕਿਹੜੇ ਵਕਤ ਪਾਤਾ ਕਿ ਜੇ ਮੈਂ ਬੰਦੇ ਤੋਂ ਆਉਣੀ ਹੋ ਗਈ, ਇਹਦਾ ਮਤਲਬ ਇਹ ਥੋੜ੍ਹੀ ਹੈ ਮੈਂ ਲੋਕਾਂ ਦੇ ਬੰਦਿਆਂ ਵੱਲ ਝਾਕਦੀ ਫਿਰਦੀ ਹਾਂ, ਹੈ ਸਾਡੀ ਕੋਈ ਇੱਜ਼ਤ ਨਹੀਂ। ਦੱਸ ਮੇਰੀ ਸੱਸ ਨੇ ਕਦੇ ਗਿੱਲੇ ਗੋਹੇ 'ਤੇ ਪੈਰ ਨਹੀਂ ਧਰਿਆ ਵੀ ਮੈਂ ਉਹਦੀ ਵਿਚਾਰੀ ਦੋਵੇਂ ਥੂ ਥੂ ਕਰਾਊਂਗੀ। ਭੈਣੇ ਸੱਸ ਨੇ ਤਾਂ ਨਹੀਂ ਧਰਿਆ, ਪਰ ਲੋਕ ਤਾਂ ਤੈਨੂੰ ਕਹਿੰਦੇ ਆ ਨਾ, ਸੱਸ ਨੂੰ ਤਾਂ ਨਹੀਂ ਮਾੜਾ ਕਹਿੰਦੇ, ਉਹ ਤਾਂ ਕਹਿੰਦੇ ਦਾਗੀ ਨਾਲ ਗਗਨ ਦੀ ਗੱਲਬਾਤ ਆ, ਤਾਂ ਹੀ ਠੇਕੇ 'ਤੇ ਜ਼ਮੀਨ ਆਈ ਵਾਰ ਦਾਗੀ ਨੂੰ ਦਿੰਦੀ ਹੈ। ਨਹੀਂ ਭੈਣੇ, ਠੇਕੇ 'ਤੇ ਜ਼ਮੀਨ ਦੇ ਪਿੱਛੇ ਤਾਂ ਮੈਂ ਆਈ ਸੀ, ਮੈਂ ਤੂੰ ਉਦੋਂ ਮੈਨੂੰ ਕਹਿ ਕੇ ਆਈ ਸੀ ਨਾ, ਪਿੱਛੇ ਜੇ 15 ਕੁ ਦਿਨ ਹੋ ਗਏ। ਹਾਂ ਹਾਂ, ਮੈਂ ਸਾਡੀ ਤਾਂ ਉਵੇਂ ਪਈ ਹੈ ਜ਼ਮੀਨ, ਅਸੀਂ ਤਾਂ ਨਾ ਦਾਗੀ ਨੂੰ ਵੀ ਠੁਕਰਾਤਾ ਵਿਚਾਰੇ ਨੂੰ ਵੀ ਅਸੀਂ ਜ਼ਮੀਨ ਦਿੰਦੇ ਨਹੀਂ, ਹੈ ਅਸੀਂ ਨੂੰਹ ਸੱਸ ਨੇ ਰਾਇ ਕਰ ਲਈ, ਮਾਂ ਤਾਂ ਕਹਿੰਦੀ ਸੀ ਉਸੇ ਨੂੰ ਦੇਵਾਂਗੇ, ਪਰ ਤੈਨੂੰ ਪਤਾ ਜਦੋਂ ਪਿੰਡ 'ਚ ਫੂ ਫੂ ਹੋ ਜੇ ਗੱਲਾਂ ਉੱਡ ਜਾਣ ਹੈ ਨਾ, ਲੋਕਾਂ ਦੇ ਮੂੰਹ ਤਾਂ ਬੰਦ ਕਰਾਉਣੇ ਹੀ ਪੈਂਦੇ ਆ ਫਿਰ, ਤਾਂਹੀਓ ਅਸੀਂ ਤਾਂ ਰਾਇ ਕਰ ਲਈ ਭਾਈ ਜ਼ਮੀਨ ਅਸੀਂ ਐਤਕੀ ਦਾਗੀ ਨੂੰ ਨਹੀਂ ਦਿੰਦੇ, ਐਤਕੀ ਤਾਂ ਅਸੀਂ ਉਹ ਜੱਗੇ ਕਿਆਂ ਨੂੰ ਦੇ ਦਾਂਗੇ। ਮੈਂ ਉਹਨੂੰ ਕਿਹਾ ਸੀ, ਮੈਂ ਚਾਚੀ ਮੀਤ ਕੇ ਆਏ ਸੀ ਆਪਣੇ ਘਰੇ, ਅਤੇ ਮੈਂ ਕਿਹਾ ਉਹਨਾਂ ਨੂੰ ਦੇ ਦਾਂਗੇ ਆਪਾਂ, ਵੀ ਜੱਗੇ ਕਿਆਂ ਬਾਰੇ ਕਹਿੰਦੇ ਸੀ ਉਹ, ਅਤੇ ਤੁਸੀਂ ਉਹਨਾਂ ਨੂੰ ਬਾਈ ਜੱਗੇ ਕਿਆਂ ਨੂੰ ਕਹਿ ਦਿਓ ਵੀ ਜਾਇਆ ਆਊਗਾ ਸਾਡੇ ਘਰੇ। ਕੋਈ ਗੱਲ ਨਹੀਂ ਭੈਣੇ, ਤੇਰਾ ਸੁਨੇਹਾ ਮੈਂ ਇਹਨਾਂ ਨੂੰ ਲਾ ਦੂੰਗੀ, ਅਤੇ ਇਹ ਜੱਗੇ ਬਾਈ ਨੂੰ ਕਹਿ ਦੇਣਗੇ ਵੀ ਐਂ ਕਰਕੇ ਉਹ ਲੈਣ ਨੂੰ ਜ਼ਮੀਨ ਦੇਣ ਨੂੰ ਤਿਆਰ ਆ। ਅੱਛਾ, ਉਹਨੂੰ ਬਾਈ ਬੰਟੂ ਨੂੰ ਕਹਿ ਦੇਂਗੀ ਤੂੰ? ਹਾਂਜੀ ਹਾਂਜੀ। ਕੋਈ ਨਾ ਭੈਣੇ, ਕਹਿ ਦੀ ਨਾਲੇ ਮੇਰੀ ਗੱਲ ਸੁਣ, ਬਾਈ ਬੰਟੂ ਨੂੰ ਐਂ ਸੁਨੇਹਾ ਲਾ ਦੇ ਵੀ ਸਾਡੇ ਜਿਵੇਂ ਦਾਗੀ ਕੱਖ ਪੱਠੇ ਲਿਆ ਕੇ ਦਿੰਦਾ ਸੀ ਤੇ ਹਾੜੀ ਸੋਹਣੀ ਫਸਲ ਸਾਡੇ ਘਰੇ ਢੋ ਕੇ ਦਿੰਦਾ ਸੀ ਹਨਾ, ਵੀ ਉਹ ਕੰਮ ਤਾਂ ਭਾਈ ਅਸੀਂ ਜੱਗੇ ਤੋਂ ਵੀ ਕਰਾਇਆ ਕਰਾਂਗੇ, ਕਿਉਂਕਿ ਮੱਝ ਰੱਖੀ ਵੀ ਆ ਘਰੇ, ਫਿਰ ਕੱਖ ਪੱਠਿਆਂ ਦਾ ਸਾਡਾ ਤਾਂ ਔਖਾ ਹੋ ਜੂ। ਜੱਗੇ ਭੈਣੇ ਦੇਖ, ਦਾਗੀ ਤਾਂ ਸੀ ਵਿਹਲਾ ਕੱਲਾ ਕਹਿਰਾ, ਗੱਲ ਕਰ ਜੱਗਾ ਬਾਈ, ਉਹਦਾ ਤਾਂ ਪਰਿਵਾਰ ਵੀ ਆ ਸੁੱਖ ਨਾਲ,
ਉਹ ਤਾਂ ਨਹੀਂ ਮੈਨੂੰ ਲੱਗਦਾ ਇੰਨਾ ਕੰਮ ਕਰੂਗਾ। ਭੈਣੇ ਫਿਰ ਇਹ ਗੱਲ ਤਾਂ ਅਸੀਂ ਖੋਲਣੀ ਪਊਗੀ ਸਾਨੂੰ, ਭਵਾਂ ਦੀ ਉਹ ਪਰਿਵਾਰ ਵਾਲਾ ਸੁੱਖ ਹੀ, ਸਾਨੂੰ ਵੀ ਸੁੱਖ ਹੋ ਜੂਗਾ ਜੇ ਉਹ ਪਰਿਵਾਰ ਵਾਲਾ ਨਾ ਲੋਕਾਂ ਨੇ ਤਾਂ ਸਾਡੀਆਂ ਗੱਲਾਂ ਨਹੀਂ ਕਰਨੀਆਂ। ਉਹ ਵਿਚਾਰਾ ਦਾਗੀ ਇਕੱਲਾ ਸੀ ਤਾਂ ਲੋਕ ਸਾਡੀਆਂ ਫੰਗਾਂ ਤੋਂ ਡਾਰਾ ਬਣਾਉਣ ਲੱਗ ਗਏ ਸੀ। ਹੈਂ ਮੈਨੂੰ ਆਇਆ ਚੱਲ ਆ ਫੰਗਾਂ ਤੋਂ ਡਾਰਾ ਨਾ ਬਣਨੀਆਂ ਜੇ ਕੋਈ ਪਰਿਵਾਰ ਵਾਲੇ ਦੇ ਦਾਂਗੇ। ਊਂ ਤਾਂ ਚੱਲ ਪਰਮਾਤਮਾ ਨੇ ਕਹਿੰਦੇ ਹੁੰਦੇ ਆ ਵੀ ਦੁਨੀਆਂ ਵੀ ਅੱਧਾ ਰੱਬ ਹੁੰਦਾ ਹੈ ਨਾ, ਜੇ ਆ ਕਿ ਲੋਕਾਂ ਨੇ ਗੱਲਾਂ ਡਾਈਆਂ ਤਾਂ ਅਸੀਂ ਭਾਈ ਹਜੇ ਲੋਕਾਂ ਨੇ ਖਣੀ ਸਾਡੇ ਮੂੰਹ ਕਾਲਖ ਕੀ ਪੁੱਛਣੀ ਸੀ ਹੈ ਨਾ, ਉਦੋਂ ਪਹਿਲਾਂ ਸੰਭਲ ਗਿਆ ਸੀ ਤਾਂ। ਚੱਲ ਮੈਂ ਤਾਂ ਹੀ ਕਹਿਣ ਆਈ ਸੀ ਭੈਣੇ, ਜੱਗੇ ਬਾਈ ਕੇ ਉਹਨੂੰ ਭੇਜ ਦਿਓ ਹੈ ਨਾ। ਕੋਈ ਨਹੀਂ ਭੈਣੇ, ਉਹ ਮੈਂ ਸੁਨੇਹਾ ਲਾ ਦੂੰਗੀ ਤੁਹਾਡਾ ਤੇ ਬਹਿ ਜਾ ਤੂੰ, ਮੈਂ ਨਾ ਚਾਹ ਕਰਕੇ ਲਿਆਉਣੀ ਆ ਘੁੱਟ ਕੇ ਤੇਰੇ ਵਾਸਤੇ। ਬਸ ਭੈਣੇ ਚਾਹ ਨੂੰ ਤਾਂ ਕੀ ਹੈਗੀ, ਨਾ ਤੂੰ ਮੇਰੇ ਕੋਲ ਆਉਣੀ ਆ ਨਾ ਚਾਹ ਪੀ ਕੇ ਆਉਣੀ, ਤੇ ਮੈਂ ਤੇਰੇ ਕੋਲ ਕਿਉਂ ਚਾਹ ਪੀ ਕੇ ਜਾਵਾਂ ਹੈ। ਚੱਲ ਕੋਈ ਨਹੀਂ ਭੈਣੇ, ਮੈਂ ਤੈਨੂੰ ਦੱਸ ਹੀ ਦਿੱਤਾ ਵੀ ਮੈਂ ਕਿਉਂ ਨਹੀਂ ਆਉਂਦੀ ਸੀ। ਚੱਲ ਮੈਂ ਲਿਆਉਣੀ ਆ ਘੁੱਟ ਕੇ ਬਣਾ ਕੇ, ਜੇ ਚਾਹ ਨਹੀਂ ਪਾਣੀ ਤਾਂ ਪੀ ਜਾ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਇੱਕ ਗੱਲ ਹੋਰ ਭਾਈ, ਵੀਡੀਓ ਹੁੰਦੀਆਂ ਨੇ ਸਾਡੀਆਂ ਟੱਬਰ ਚ ਬਹਿ ਕੇ ਦੇਖਣ ਵਾਲੀਆਂ, ਬੇਚ ਝਿਜਕ ਹੋ ਕੇ ਗਾਂਹ ਦੀ ਗਾਂਹ ਸ਼ੇਅਰ ਕਰ ਦਿਆ ਕਰੋ। ਜੇ ਕਿਤੇ ਵਿੱਚ ਕੋਈ ਵੀ ਨਿੱਕੀ ਇੱਕ ਦੁੱਖ ਸੀਨ ਵੀ ਮਾੜਾ ਚ